ਕਿੱਥੇ ਭੱਜ ਰਹਾ ਓਏ ਓ ਕੀ ਹੋਇਆ ਅੱਧੀ ਛੁੱਟੀ ਸਾਰੀ ਵਾਹ ਜੀ ਵਾਹ, ਕਿਆ ਬਾਤ ਆ, ਮਾਹੌਲ ਬਹੁਤ ਸੋਹਣਾ ਬਣਿਆ ਪਿਆ। ਸੋ ਇਹ ਤੁਹਾਡਾ ਆਪਣਾ ਸ਼ੋਅ ਅੱਧੀ ਛੁੱਟੀ ਸਾਰੀ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਬਿਪਨ ਜੋਸ਼ੀ। ਸੋ ਅੱਜ ਦੀਆਂ ਜਿਹੜੀਆਂ ਰੌਣਕਾਂ ਨੇਗੀਆਂ ਉਹ ਲੱਗਣਗੀਆਂ ਪਾਤਰਾਂ ਦੇ ਵਿੱਚ। ਸੋ ਪਹਿਲਾਂ ਸਾਰੇ ਬੱਚੇ ਸਕੂਲ ਦਾ ਨਾਮ ਬੋਲਣਗੇ ਅਤੇ ਫਿਰ ਮੈਂ ਬੋਲੂੰਗਾ। ਸੋ ਬੇਟਾ ਸਾਰੇ ਜਣੇ ਸਕੂਲ ਦਾ ਨਾਮ ਬੋਲੋ। ਸਕੂਲ ਦਾ ਨਾਮ ਹੈ, ਹਾਂਜੀ ਸਕੂਲ ਦਾ ਨਾਮ ਹੈ ਪਬਲਿਕ ਗਰਲ ਸੀਨੀਅਰ ਸੈਕੈਂਡਰੀ ਸਕੂਲ ਪਾਤੜਾਂ। ਸੋ ਇਹ ਟਰੱਸਟ ਦਾ ਸਕੂਲ ਹੈ। ਸੋ ਮਾਹੌਲ ਬਹੁਤ ਵਧੀਆ ਜੀ। ਸੋ ਸਕੂਲ ਦੀਆਂ ਬਹੁਤ ਵੱਡੀਆਂ ਅਤੇ ਵਧੀਆ ਖੂਬੀਆਂ ਨੇਗੀਆਂ। ਸੋ 82 ਤੋਂ ਇਹ ਜਿਹੜਾ ਸਕੂਲ ਹੈ ਉਹ ਚੱਲ ਰਿਹਾ ਹੈਗਾ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ। ਸੋ ਬੱਚੇ ਸਾਰੇ ਨੇੜੇ ਤੇੜੇ ਦੇ ਪਿੰਡਾਂ ਦੇ ਇੱਥੇ ਆ ਕੇ ਪੜ੍ਹ ਰਹੇ ਨੇ ਅਤੇ ਆਪੋ ਆਪਣੇ ਜਿਹੜੇ ਗੋਲ ਉਹਨਾਂ ਦੇ ਸੋਚੇ ਹੋਏ ਨੇ ਉੱਧਰ ਨੂੰ ਉਹ ਜਾ ਰਹੇ ਨੇ। ਸੋ ਬੇਟਾ ਜ਼ੋਰਦਾਰ ਤਾੜੀਆਂ ਇੱਕ ਵਾਰੀ ਆਪਣੇ ਸਕੂਲ ਲਈ। ਸੋ ਗਰਮੀ ਦਾ ਮੌਸਮ ਐਂਡਿੰਗ ਵਾਲਾ ਪੀਰੀਅਡ ਚੱਲ ਰਿਹਾ ਗਰਮੀ ਦਾ, ਅਤੇ ਆਪਾਂ ਫਿਰ ਵੀ ਆਪਾਂ ਗਰਮੀ ਨਹੀਂ ਮੰਨਾਂਗੇ। ਠੰਡੇ ਠੰਡੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਆਪਾਂ ਬੱਚਿਆਂ ਦਾ ਇੰਜੋਇਮੈਂਟ ਕਰਾਂਗੇ ਅਤੇ ਜ਼ੋਰਦਾਰ ਤਾੜੀਆਂ ਨਾਲ ਪਹਿਲਾਂ ਸਰਦਾਰ ਬੱਚਾ ਜ਼ੋਰਦਾਰ ਖਿੱਚ ਕੇ। ਬੇਟਾ ਸਤਿ ਸ਼੍ਰੀ ਅਕਾਲ। ਸਾਰਿਆਂ ਕੋ ਸਤਿ ਸ਼੍ਰੀ ਅਕਾਲ। ਇਹ ਇਹਦਾ ਕਸੂਰ ਨਹੀਂ ਹੈਗਾ ਜਿਹੜਾ ਪਾਤੜਾ ਨਾ, ਇਹ ਥੋੜ੍ਹਾ ਬਾਰਡਰ 'ਤੇ ਆ ਗਿਆ, ਇੱਧਰ ਹਰਿਆਣਾ ਵੀ ਪੈਂਦਾ ਨੇੜੇ ਅਤੇ ਇੱਧਰ ਤਾਂ ਪੰਜਾਬ ਰਹਿ ਗਿਆ ਪਿੱਛੇ। ਸੋ ਇਹ ਦੋਵਾਂ ਦਾ ਮਤਲਬ ਸਤਿਕਾਰ ਕਰਦਾ, ਹਰਿਆਣੇ ਦਾ ਵੀ, ਉਹ ਵੀ ਸਾਡਾ ਆਪਣਾ ਪੰਜਾਬ ਸਾਡਾ ਹੈਗਾ ਹੀ ਹੈ। ਸੋ ਇਸ ਕਰਕੇ ਕਹਿੰਦਾ ਵੀ ਸਾਰਿਆਂ ਕੋ ਸਤਿ ਸ਼੍ਰੀ ਅਕਾਲ ਜੀ। ਪੁੱਤਰ ਨਾਮ ਕੀ ਹੈ ਤੁਹਾਡਾ? ਪੁਸ਼ਵਿੰਦਰ। ਪੁਸ਼ਵਿੰਦਰ ਕੀ ਕਰਕੇ ਦਿਖਾਓਗੇ ਤੁਸੀਂ? ਸੌਂਗ ਕਿਹੜਾ? ਸਿੱਧੂ ਮੂਸੇਵਾਲੇ ਦਾ। ਸਿੱਧੂ ਮੂਸੇਵਾਲੇ ਕਾ, ਵੈਰੀ ਗੁੱਡ। ਸੋ ਪਹਿਲਾਂ ਗਾਣਾ ਸੁਣਾਂਗੇ ਜੀ, ਪਿਆਰਾ ਜਿਹਾ ਬੱਚਾ ਸਿੱਧੂ ਮੂਸੇਵਾਲੇ ਦਾ ਗਾਣਾ। ਦੱਸ ਪੁੱਤ ਤੇਰਾ ਹੈਡ ਟੋਨ ਕਾਸਟ ਹਾਏ ਚੰਗਾ ਪੜਾ ਹੈ ਸਦਾਨੀ ਹੋਣ ਕਾਸਟ ਤੇਰੇ ਦਰਵਾਜ਼ੇ ਵਿੱਚ ਬੋਲ ਚੱਕੀ ਖੜਿਆ ਮੈਂ ਤੇਰੀ ਤਰ੍ਹਾਂ ਜਾਣਦਾ ਨਹੀਂ ਕੌਣ ਕਾਸਟ ਕੁਝ ਇੱਥੇ ਜਮੀ ਤੇ ਘਮਣਾ ਚੰਦ ਨੇ ਕੁਝ ਇੱਥੇ ਪੱਟ ਕੇ ਲਾਉਣਾ ਚੰਦ ਨੇ ਕੁਝ ਇੱਥੇ ਆਏ ਨਾਲੀ ਭੁੱਖੇ ਫੇਂਦੇ ਨਾਮ ਲੱਗ ਤੇਰਾ ਅੱਗੇ ਹੋਣਾ ਚੰਦ ਨੇ ਜਿਹਦੇ ਤੇ ਤਾਂ ਦੀ ਤੇ ਪੈਂਦੀ ਹੁੰਦੀ ਹੈ ਤਾਂ ਵੀ ਰੋਜ਼ ਦੁਨੀਆ ਸਪਾਦ ਲੈਂਦੀ ਹੈ ਨਾਲੇ ਜਿਹੜੇ ਰਸਤੇ ਦੇ ਤੂੰ ਤੁੜਿਆ ਇੱਥੇ ਬਦਿਆ ਮਸਾਲੇ ਮਿਲੂਗੀ ਜਿਤਨਾ ਟਾਵਾ ਸਿਗਰਟ ਮਿਲੂਗੀ ਤੇਰੇ ਮਾਦੇ ਨਾਲ ਤੇਰੇ ਘੱਟ ਮਿਲੂਗੀ ਸੱਚ ਬੋਲੇਗਾ ਤਾਂ ਮੈਨੂੰ ਦੱਸ ਪਤਾ ਨਹੀਂ ਮੇਰੇ ਕਰੇਗਾ ਤਾਂ ਮੈਂ ਕੀ ਬੁੱਧੇ ਹੈਟ ਮਿਲੂਗੀ। ਬਹੁਤ ਸੋਹਣਾ ਗਾਣਾ। ਪੁੱਤ ਤਿਆਰ ਕਿਹਨੇ ਕਰਾਇਆ ਸੀ ਇਹ ਗਾਣਾ? ਮੰਮਾ ਨੇ। ਮੰਮਾ ਨੇ? ਮੰਮਾ ਨੂੰ ਤੁਸੀਂ ਕੀ ਕਿਹਾ ਸੀਗਾ ਵੀ ਸਾਡੇ ਸਕੂਲ 'ਚ ਕਿਸੇ ਨੇ ਆਉਣਾ ਗਾ, ਉਹ ਗਾਣੇ ਸੁਣਨਗੇ, ਫਿਰ ਮੰਮਾ ਕਹਿੰਦੇ ਆਹ ਗਾਣਾ ਤਿਆਰ ਕਰ ਲਓ? ਹੈ ਕਿੰਨੇ ਦਿਨਾਂ 'ਚ ਤਿਆਰ ਕੀਤਾ ਇਹ ਗਾਣਾ? ਲੋਜ਼ ਕਰਦੇ ਆ। ਲੋਜ਼ ਕਰਦੇ ਆ? ਉਹ ਤਾਂ ਮੈਂ ਤਾਂ ਇੱਕ ਦਿਨ ਆਉਣਾ, ਫਿਰ ਬਾਕੀ ਦਿਨ ਫਿਰ ਪੜ੍ਹਨਾ ਪੁੜਨਾ ਤਾਂ ਕਿਹੜਾ ਦਿਨ ਨੇ? ਤੁਸੀਂ ਰੋਜ਼ ਗਾਇਆ ਕਰੋਗੇ ਹੁਣ ਗਾਣਾ ਇਹ ਹੈ ਕਲਾਸ 'ਚ? ਨਾ ਪੁੱਤ, ਪੜ੍ਹਾਂਗੇ ਕਦੋਂ ਫਿਰ ਆਪਾਂ? ਆਪਾਂ ਪ੍ਰੋਗਰਾਮ ਕਰਕੇ ਆਪਾਂ ਅੱਜ ਗਾਣਾ ਗਾਇਆ ਇਹ, ਫਿਰ ਆਪਾਂ ਉਦੋਂ ਗਾਵਾਂਗੇ ਜਿਸ ਦਿਨ ਪ੍ਰੋਗਰਾਮ ਹੋਊਗਾ, ਬਾਕੀ ਦਿਨ ਆਪਾਂ ਪੜ੍ਹਾਂਗੇ। ਠੀਕ ਹੈ, ਜ਼ੋਰਦਾਰ ਤਾੜੀਆਂ ਇਹ ਪਿਆਰੇ ਬੱਚੇ ਲਈ। ਥੈਂਕ ਯੂ ਬਹੁਤ। ਓਏ ਹੋਏ 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 ਹੋਏ, ਇਹਨੂੰ ਕਹਿੰਦੇ ਨੇ ਨਾਰ ਜੂੜਾ, ਗੁਲਾਬ ਜੂੜਾ, ਇਹਨੂੰ ਕਿਹੜਾ ਜੂੜਾ ਕਹਿੰਦੇ ਨੇ ਪੁੱਤ ਜਿਹੜਾ ਇਹਨਾਂ ਨੇ ਕਰਿਆ ਹੋਇਆ ਬੱਚੇ ਨੇ? ਗੁਲਾਬ ਜੂੜਾ। ਤੁਸੀਂ ਦੱਸੋ ਪੁੱਤ ਇਹਨੂੰ ਕੀ ਕਹਿੰਦੇ ਨੇ? ਗੁਲਾਬ ਜੂੜਾ। ਨਵੇਂ ਕ੍ਰੀਏਟ ਕਰਤਾ ਜੀ ਗੁਲਾਬ ਜੂੜਾ। ਤੇ ਹੁਣ ਕੀ ਕਰਕੇ ਦਿਖਾਓਗੇ ਤੁਸੀਂ? ਬੋਲੀਆਂ ਸੁਣਾਓਗੇ ਤੁਸੀਂ ਦੋਨੋਂ? ਫਿਰ ਡਾਂਸ ਕੌਣ ਕਰੂਗਾ? ਆਪਾਂ ਐਂ ਕਰਾਂਗੇ, ਇੱਕ ਜਣਾ ਬੋਲੀ ਪਾਇਆ ਕਰੂ, ਪਿੰਡ ਵਾਲਾ ਦਾ ਕਹਿਣਾ ਛਿੱਕ ਬਾਜੀ, ਹੁਣ 2 ਮਿੰਟ ਆਰਾਮ ਲੈਂਦੇ ਅਸੀਂ, ਹਨਾ। ਕਹਿੰਦੇ ਜਦੋਂ ਛਿੱਕ ਬਾਜੀ ਕੰਮ ਨੀ ਕਰਿਆ ਕਰਦੇ ਕੋਈ, ਪਰ ਆਪਾਂ ਨੀ ਆਪਾਂ ਨੀ ਪਤਾ ਬੋਲੀ ਪਾਵਾਂਗੇ, ਹਨਾ ਜੀ। ਚੁੱਡੂ ਦੀ ਗੱਲ ਸਾਂ, ਹਾਂ ਕਿਹੜਾ? ਮੈਂ ਗਈ ਸੀ ਮੇਲੇ ਚੁੱਡੂ ਮਗਰੇ ਮਗਰੇ ਆਏ, ਹਾਏ ਮੇਰੀ ਸੱਸ ਬੜੀ ਕਪੱਤੀ, ਮੈਨੂੰ ਪਾਉਣ ਨਾ ਦੇਵੇ ਜੁੱਤੀ,
ਸੱਸ ਬੜੀ ਕਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਵੇ ਤੇਰੀ ਮਾਂ ਖੜਕਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਵੇ ਤੇਰੀ ਮਾਂ ਖੜਕਾਉਣੀ ਆ ਕਿੰਨੇ ਪਿਆਰੇ ਲੱਗਦੇ ਨੇ ਛੋਟੇ ਛੋਟੇ ਜਵਾਕ ਹੈ ਨਾ ਪੁੱਤ ਵੱਡੇ ਹੋ ਕੇ ਕੀ ਬਣੋਗੇ ਤੁਸੀਂ ਡਾਕਟਰ ਵੈਰੀ ਗੁੱਡ ਤੁਸੀਂ ਕੀ ਬਣੋਗੇ ਇੰਜੀਨੀਅਰ 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 ਮੇਰਾ ਪੁੱਤ ਆਉਣੇ ਕਿੱਥੋਂ ਤੁਸੀਂ ਪਿੰਡ ਕਿਹੜਾ ਤੁਹਾਡਾ ਸ਼ਹਿਰ ਪਾਤੜਾ ਪਾਤੜਾ ਤੁਹਾਡਾ ਪਾਤੜਾ ਪਾਤੜਾ ਸਜੋਰਦਾਰ ਤਾੜੀਆਂ ਨੇ ਭੈਣਾਂ ਲਈ ਬੱਚਿਆਂ ਲਈ ਸੋ ਥੈਂਕ ਯੂ ਪੁੱਤ ਵਾਹ ਜੀ ਵਾਹ ਕੈਸੇ ਹੋ ਵਧੀਆ ਜੀ ਠੀਕ ਠਾਕ ਹੋ ਯੈਸ ਕੀ ਨਾਮ ਹੈ ਗੁਰਪ੍ਰੀਤ ਸਿੰਘ ਕਿੱਥੋਂ ਆਉਣੇ ਹੋ ਪਾਤੜਾ ਤੋਂ ਕਿਵੇਂ ਆਉਣੇ ਹੋ ਪੈਦਲ ਕੀ ਕਰਨ ਆਉਣੇ ਹੋ ਪੜ੍ਹਨ ਕੀ ਪੜ੍ਹਦੇ ਹੋ ਕਿਤਾਬ ਕਿਤਾਬ 'ਚ ਕੀ ਹੈ ਦੱਸੋ ਪੁੱਤ ਕਿਆ ਕੰਮ ਦੀਆਂ ਗੱਲਾਂ ਕੰਮ ਦੀਆਂ ਗੱਲਾਂ ਸਿੱਖਦੇ ਹੁੰਦੇ ਹੋ ਯੈਸ ਸਰ ਓਕੇ ਹੁਣ ਕੀ ਕਰਕੇ ਦਿਖਾਓਗੇ ਪੈਰੋੜੀ ਪੈਰੋੜੀ ਚਲੋ ਕਰਕੇ ਦਿਖਾਓ ਹਾਲੋ ਪਹਿਲਾਂ ਬਾਰੀ ਲੰਪੇ ਕੱਦਾਂ ਵਾਲਿਆਂ ਦੀ ਹਾਏ ਤੇ ਮੀਨਾਰ ਤੋਂ ਟੱਪੇ ਜਿਹੜਾ ਹੱਦਾਂ ਵਾਲਿਆਂ ਦੀ ਲੰਬੇ ਕੱਦ ਦਾ ਬੰਦਾ ਭੱਜ ਕੇ ਕੋਠੇ ਚੜ ਜੇ ਜੀ ਖੇਡ ਤਮਾਸ਼ਾ ਹੋਵੇ ਜਿੱਥੇ ਮਰਜ਼ੀ ਖੜ ਜੇ ਜੀ ਪਰ ਬੁੜੇ ਹੋਣ ਤੇ ਬੰਦਾ ਲੰਬੇ ਕੱਦ ਨੂੰ ਜੁਰਦਾ ਏ ਸਾਈਨ ਆਫ ਇੰਟਰੋਗੇਸ਼ਨ ਬਣ ਕੇ ਤੁਰਦਾ ਏ ਛੋਟੇ ਕੱਦਾਂ ਵਾਲਿਓ ਵਾਰੀ ਸੋਡੀ ਆਈ ਏ ਜਿੰਨਾ ਨਿੱਕਾ ਹੁੰਦਾ ਤਿੱਖਾ ਜਮਾ ਸਚਾਈ ਏ ਪਰ ਛੋਟੇ ਕੱਦ ਦੀਆਂ ਕੁੜੀਆਂ ਰੱਬ ਨੂੰ ਲਾਹਨਤ ਪਾਉਂਦੀਆਂ ਨੇ ਪਾਪਾ ਉੱਚੀ ਅੱਡੀ ਆਪਣਾ ਕੱਦ ਵਧਾਉਂਦੀਆਂ ਨੇ ਪਾਪਾ ਉੱਚੀ ਅੱਡੀ ਆਪਣਾ ਕੱਦ ਵਧਾਉਂਦੀਆਂ ਨੇ ਤੋ ਕਹਿੰਦਾ ਛੋਟੇ ਕੱਦਾਂ ਵਾਲੀਆਂ ਕੁੜੀਆਂ ਰੱਬ ਨੂੰ ਤਾਨੇ ਮਾਰਦੀਆਂ ਨੇ ਹੈਨਾ ਪਾ ਪਾ ਕੇ ਹੀਲ ਕੱਦ ਉੱਚਾ ਕਰਦੀਆਂ ਨੇ ਹੈਂ ਹੈ ਕਿ ਹਾਂਜੀ ਤੁਸੀਂ ਦੇਖਿਆ ਨਹੀਂ ਫਿਰ ਵੱਡੇ ਹੋ ਕੇ ਕੀ ਬਣਨਾ ਕਮਾਂਡੋ ਕਮਾਂਡੋ ਫੌਜ ਜਾਣਾ ਮਤਲਬ ਉਧਰ ਫਿਟਨੈਸ ਵਾਲੇ ਪਾਸੇ ਵੈਰੀ ਗੁੱਡ ਵੈਰੀ ਗੁੱਡ ਘਰੇ ਕੌਣ ਕੌਣ ਹੈ ਪਰਿਵਾਰ 'ਚ ਦੋ ਜਣੇ ਕੌਣ ਕੌਣ ਭੂਆ ਤੇ ਮੈਂ ਓਕੇ ਭੂਆ ਜੀ ਨਾਲ ਲੜਦੇ ਹੋ ਨਾ ਥੋੜਾ ਥੋੜਾ ਕਦੇ ਕਦੇ ਮੈਨੂੰ ਦੱਸਿਆ ਸੀ ਉਹਨਾਂ ਨੇ ਹਨਾ ਇੱਕ ਵਾਰੀ ਲੜਾਈ ਵੀ ਹੋ ਗਈ ਤੁਹਾਡੀ ਹਨਾ ਹਾਂਜੀ ਕੀ ਗੱਲ ਹੋ ਗਈ ਸੀ ਉਹਦੇ ਪਤਾ ਨਹੀਂ ਤੁਸੀਂ ਕੀ ਕਰਤਾ ਸੀ ਪਤਾ ਨਹੀਂ ਤੋੜਤਾ ਸੀ ਪਤਾ ਨਹੀਂ ਖਰਾਬ ਹੋ ਗਿਆ ਸੀ ਪਤਾ ਨਹੀਂ ਤੁਸੀਂ ਗੱਲ ਨਹੀਂ ਮੰਨੀ ਸੀ ਕੋਈ ਐਂ ਜਿਹੇ ਕੁਛ ਹੋ ਗਿਆ ਸੀ ਨਾ ਕੀ ਹੋ ਗਿਆ ਸੀ ਤੁਸੀਂ ਦੱਸਿਓ ਜੀ ਟੀਵੀ ਤੇ ਰੋੜਾ ਵੱਜਿਆ ਕੀ ਗੱਲ ਇਹੋ ਜਿਹਾ ਤੈਨੂੰ ਕੀ ਨਹੀਂ ਪਸੰਦ ਆਇਆਗਾ ਵੀ ਉੱਥੇ ਇਹ ਅਸਲ 'ਚ ਮੈਨੂੰ ਲੱਗਦਾ ਨਾ ਕਾਮਨਵੈਲਥ ਗੇਮਸ ਦੇਖ ਰਿਹਾ ਹੋਣਾ ਉੱਥੇ ਨਹੀਂ ਆਇਆ ਕਰਦਾ ਵੀ ਗੋਲਾ ਸੁੱਟਣਾ ਹੈ ਨਾ ਡਿਸਕਸ ਥਰੋ ਗੇਰਨਾ ਜੈਵਲਿੰਗ ਥਰੋ ਇਹ ਉੱਥੇ ਰੋੜੇ ਵਾਲਾ ਵੀ ਦੇਖਿਆ ਹੋਣਾ ਸੀਨ ਇਹਨੇ ਸੋਚਣਾ ਵੀ ਮੈਂ ਵੀ ਦੇਖ ਕੇ ਦੇਖਾਂ ਵੀ ਬੈਠੇ ਘਰੇ ਆ ਗਰਾਊਂਡ ਉਸੇ 'ਚ ਗੇਰਨਾ ਆਪਾਂ ਨੇ ਚੱਕ ਕੇ ਟੀ ਵੀ 'ਤੇ ਮਾਰਿਆ ਰੋੜਾ ਫਿਰ ਪਿਆਰ ਕਿੰਨਾ ਕੁ ਮਿਲਿਆ ਸੀ ਕੁਝ ਨਹੀਂ ਜੀ ਹੋਰ ਕੀ ਮਿਲਿਆ ਫਿਰ ਕੁੱਟ ਹਾਂਜੀ ਕਿੰਨੀ ਕੁ ਠੀਕ ਹੈ ਜੀ ਬਸ ਕੁੱਟ 'ਚ ਵੀ ਇਹਨੇ ਅੱਗੇ ਹੋ ਰੱਖੇ ਹੋਏ ਨੇ ਹੈ ਨਾ ਡਿਪਾਰਟਮੈਂਟ ਵੀ ਬਹੁਤ ਵਧੀਆ ਠੀਕ ਨੋਟ ਬੈਡ ਹੈ ਨਾ ਤੋ ਜ਼ੋਰਦਾਰ ਤਾੜੀਆਂ ਟੀ ਵੀ ਭੰਨਣ ਵਾਲੇ ਮੁੰਡੇ ਲਈ ਤੋ ਥੈਂਕ ਯੂ ਬਹੁਤ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂਜੀ ਕੀ ਕਰਕੇ ਦਿਖਾਓਗੇ ਨੂੰ ਸੱਸਦਾ ਨੂੰ ਸੱਸਦਾ ਲੜਾਈ ਹੈਂਜੀ ਨੂੰ ਸੱਸਦਾ ਮੁਕਾਬਲਾ ਵੈਰੀ ਗੁੱਡ ਤੁਸੀਂ ਪੁੱਤ ਲੜਾਈਆਂ ਪਵਾਈ ਚਲੋ ਇਹਦਾ ਰੋਜ਼ ਹਰੇਕ ਘਰੇ ਲੜਾਈ ਪੈ ਜਾਂਦੀ ਇਹੋ ਜਿਹੀ ਤਾਂ ਤੁਸੀਂ ਹੋਰ ਜਮੀ ਕਰਾਓਗੇ ਕਲੇਸ ਅਗਲੇ ਚਲੋ ਆ ਜਾਓ ਨੂੰ ਸੱਸਦਾ ਮੁਕਾਬਲਾ ਆਮੋ ਸਾਹਮਣੇ ਨੂੰ ਸੱਸਦਾ ਮੁਕਾਬਲਾ ਆਮੋ ਸਾਹਮਣੇ ਨੂੰਹਾਂ ਤੋਂ ਡਰਦੀ ਸੱਸ ਜੁੱਤੂ ਨਾ ਲਾਉਂਦੀ ਨੂੰਹਾਂ ਤੋਂ ਡਰਦੀ ਸੱਸ ਸ਼ੈਂਪੂ ਨਾ ਲਾਉਂਦੀ ਸੋਹਰਾ ਪਾਊਡਰ ਲੈ ਕੇ ਆ ਗਿਆ ਆਮੋ ਸਾਹਮਣੇ ਸੋਹਰਾ ਪਾਊਡਰ ਲੈ ਕੇ ਆ ਗਿਆ ਆਮੋ ਸਾਹਮਣੇ ਨੂੰ ਸੱਸ ਦਾ ਮੁਕਾਬਲਾ ਆਮੋ ਸਾਹਮਣੇ ਨੂੰ ਸੱਸ ਦਾ ਮੁਕਾਬਲਾ ਆਮੋ ਸਾਹਮਣੇ ਨੂੰਹਾਂ ਤੋਂ ਡਰਦੀ ਸੱਸ ਗਾਂਢੀ ਨਾ ਲਾਉਂਦੀ ਨੂੰਹਾਂ ਤੋਂ ਡਰਦੀ ਸੱਸ ਸਾੜੀ ਨਾ ਲਾਉਂਦੀ ਸੋਹਰਾ ਪਾਊਡਰ ਲੈ ਕੇ ਆ ਗਿਆ ਆਮੋ ਸਾਹਮਣੇ ਸੋ
ਜੋਰਦਾਰ ਤਾੜੀਆਂ ਪਹਿਲਾਂ ਤਾਂ ਧੰਨ ਜੇਕਰ ਹੀ ਹੋਇਆ ਜਿਹੜਾ ਸੱਸਾਂ ਨੂੰਹਾਂ ਅਤੇ ਸਹੁਰਿਆਂ ਨੂੰ ਮਤਲਬ ਗਾਣੇ ਸਿਖਾਈ ਫਿਰਦੇ ਨੇ। ਵਾਹ ਦੁਨੀਆਦਾਰੀ। ਪਤਾ ਵੱਡੇ ਹੋ ਕੇ ਕੀ ਬਣਨਾ ਤੁਸੀਂ ਨੇ? ਡਾਕਟਰ। ਵੈਰੀ ਗੁੱਡ। ਤੁਸੀਂ? ਅਸੀਂ ਕੀ ਕਹਿੰਦੇ ਆ? ਕੀ ਕਹਿੰਦੇ? ਡਾਕਟਰ। ਗੁੱਡ ਡਾਕਟਰ। ਫੌਜੀ। ਫੌਜੀ। ਜੱਜ। ਹਾਂਜੀ? ਡਾਕਟਰ ਬਣਨਾ ਹੈ। ਵੈਰੀ ਗੁੱਡ। ਤੁਸੀਂ ਬਣੋਗੇ ਬਹੁਤ ਡਾਕਟਰ। ਜੱਜ ਬਣਨਾ ਹੈ। ਵੈਰੀ ਗੁੱਡ। ਡਾਕਟਰ। ਪੁਲਿਸ। ਪੁਲਿਸ। ਟੀਚਰ। ਵੈਰੀ ਗੁੱਡ। ਸੋ ਜ਼ੋਰਦਾਰ ਤਾੜੀਆਂ ਨਾ ਭੈਣਾਂ ਲਈ ਬੱਚਿਆਂ ਲਈ। ਸੋ ਥੈਂਕ ਯੂ ਪੁੱਤ। ਸੋ ਹਾਂਜੀ, ਅੱਜ ਦੇ ਰੌਣਕਾਂ ਬਹੁਤ ਵਧੀਆ ਮਾਹੌਲ ਹੈ। ਸੋ ਗਰਮੀ ਥੋੜ੍ਹੀ ਥੋੜ੍ਹੀ ਲੱਗ ਰਹੀ ਹੈਗੀ। ਸੋ ਰੌਣਕਾਂ ਜਿਹੜੀਆਂ ਅੱਜ ਤੇ ਲੱਗੀਆਂ ਹੋਈਆਂ ਨੇਗੀਆਂ ਉਹ ਹੈਗਾ ਜੀ ਪਬਲਿਕ ਗਰਲ ਸੀਨੀਅਰ ਸੈਕੰਡਰੀ ਸਕੂਲ ਪਾਤੜਾ। ਸੋ ਬੱਚੇ ਬਹੁਤ ਪਿਆਰੇ ਨੇ। ਸੋ ਬ੍ਰੇਕ ਦਾ ਥੋੜ੍ਹਾ ਜਿਹਾ ਵੇਲਾ ਹੋਇਆ, ਤੁਸੀਂ ਕਿਤੇ ਨਹੀਂ ਜਾਣਾ, MH1 ਤੇ ਲਾ ਕੇ ਰੱਖਣਾ। ਸੋ ਬੇਟਾ ਮਿਲਦੇ ਹਾਂ ਇੱਕ ਛੋਟੀ ਜੀ। ਸੋ ਹਾਂਜੀ, ਬਾਹਰ ਥੋੜ੍ਹੀ ਜਿਹੀ ਗਰਮੀ ਜ਼ਿਆਦਾ ਹੋ ਗਈ ਸੀ, ਬੱਚੇ ਥੋੜ੍ਹੇ ਜਿਹੇ ਤੰਗ ਹੋ ਰਹੇ ਸੀ। ਸੋ ਅਸੀਂ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਹਾਂਗੇ। ਸੋ ਹੁਣ ਅਸੀਂ ਥੋੜ੍ਹਾ ਜਿਹਾ ਸ਼ੈਡ ਦੇ ਨੀਚੇ ਆਇਆ, ਥੋੜ੍ਹੀ ਜਿਹੀ ਆਵਾਜ਼ 'ਚ ਵੀ ਪ੍ਰੋਬਲਮ ਆ ਸਕਦੀ ਹੈ। ਸੋ ਤੁਸੀਂ ਸਾਥ ਬਣਾਈ ਰੱਖਿਓ, ਬੱਚੇ ਤਾਂ ਪਿਆਰੇ ਹੈਗੇ ਹੀ ਨੇ ਜੀ। ਗਰਲ ਸਕੂਲ ਪਾਤੜਾਂ ਦੇ ਵਿੱਚ ਅਸੀਂ ਆਏ ਹੋਏ ਹਾਂ। ਸੋ ਸਾਰੇ ਬੱਚੇ ਪਲੀਜ਼ ਪੁੱਤ ਬਣ ਕੇ ਆਵਾਜ਼ ਨਾ ਆਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਕਰਕੇ ਦਿਖਾਓਗੇ? ਭੰਗੜਾ। ਇਹ ਅੰਦਰ ਆਉਣ ਕਰਕੇ ਇੰਨਾ ਮਾਹੌਲ ਜਿਹਾ ਬਣਿਆ ਜਾਂ ਪਰਫੋਰਮੈਂਸ ਜੀ ਇੰਨਾ ਦਮ ਸੀ? ਦੱਸੋ। ਹਾਂ, ਪਰਫੋਰਮੈਂਸ ਵੀ ਸੋਹਣੀ ਸੀ ਪੁੱਤ, ਅਤੇ ਬਾਕੀ ਜਦੋਂ ਸਾਡਾ ਮਾਇੰਡ ਸੈੱਟ ਹੈ ਨਾ, ਜਿੱਦਾਂ ਬਾਹਰ ਧੁੱਪ ਜ਼ਿਆਦਾ ਸੀ ਅਤੇ ਇੱਥੇ ਆ ਕੇ ਸਾਡਾ ਮਾਇੰਡ ਜਿਹੜਾ ਉਹ ਥੋੜ੍ਹਾ ਜਿਹਾ ਰਿਲੈਕਸ ਹੋ ਗਿਆ, ਹੈ ਨਾ? ਅਤੇ ਅਸੀਂ ਵੀ ਇੱਥੇ ਇੰਜੋਏ ਕਰ ਰਹੇ ਸੀ ਪੂਰਾ, ਜੇ ਉੱਥੇ ਤਾਂ ਫਿਰ ਗਰਮੀਓ ਨਿਕਲ ਰਹੀ ਉਰੋਂ ਦੀਆਂ। ਬਹੁਤ ਸੋਹਣਾ, ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾਓ। ਬਹੁਤ ਸੋਹਣਾ ਡਾਂਸ ਸੀ ਮੇਰਾ ਭੈਣਾ। ਹਾਂਜੀ ਹਾਂਜੀ, ਗੱਭਰੂ ਨੂੰ ਮਨ ਜਾਣਾ ਮਨ ਅਲੜੇ, ਸਿੱਧੇ ਮਾਰ ਦੀਆ ਆਓ ਤੇਰੇ ਉੱਤੋਂ ਲੰਘਣ ਫਲਾਈ ਕਰਕੇ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਤੇਰੀ ਉੱਤੋਂ ਲੰਘਣ ਫਲਾਈ ਕਰਕੇ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਸੋ ਬੇਟਾ ਵੱਡੇ ਹੋ ਕੇ ਕੀ ਬਣਨਾ ਤੁਸੀਂ ਨੇ ਉਹ ਦੱਸੋ? ਬਾਹਰ ਜਾਣਾ ਹੈ ਜੀ। ਕਿਹੜੇ ਬਾਹਰ? ਕੈਨੇਡਾ, ਅਮਰੀਕਾ, ਆਸਟ੍ਰੇਲੀਆ? ਇਟਲੀ। ਹੈ ਜੀ, ਇਟਲੀ। ਉੱਥੇ ਜਾ ਕੇ ਕੀ ਕਰਨਾ?
ਬ੍ਰਦਰ ਕੋਲ ਜਾਣਾ ਹੈ ਜੀ ਬ੍ਰਦਰ ਕੋਲ ਜਾਣਾ ਅੱਛਾ ਬ੍ਰਦਰ ਕੋਲ ਜਾਣਾ ਵੈਰੀ ਗੁੱਡ ਤੁਸੀਂ ਸੀਏ ਬਣਨਾ ਹੈ ਓਕੇ ਤੁਸੀਂ ਕੈਨੇਡਾ ਕੀ ਕਰਨਾ ਵੈਸੇ ਸ਼ੌਂਕ ਹੈ ਪੁੱਤ ਜਦੋਂ ਰੋਟੀ ਖਾਣੀ ਹੁੰਦੀ ਹੈ ਨਾ ਉਦੋਂ ਪੈਸੇ ਦੇ ਕੇ ਆਪਾਂ ਨੇ ਕੰਮ ਕਰਾਉਣਾ ਹੁੰਦਾ ਉਦੋਂ ਕਹਿੰਦੇ ਮੈਂ ਸ਼ੌਂਕ ਖਾਣਾ ਹੈ ਦੋ ਚਾਰ ਦਿਨ ਬੈਂਕ ਮੈਨੇਜਰ ਕਿਆ ਬਾਤ ਆ ਸਾਰੇ ਪੈਸੇ ਤੁਹਾਡੇ ਤੋਂ ਲਿਆ ਕਰਨੇ ਸੀ ਸੋ ਬੈਂਕ ਮੈਨੇਜਰ ਦੀ ਪੁੱਤ ਇੱਕ ਗੱਲ ਦੱਸੋ ਮੈਨੂੰ ਆਪਾਂ ਨੂੰ ਬੈਂਕ 'ਚ ਪੈਸੇ ਮਿਲਦੇ ਹੁੰਦੇ ਨੇ ਨਾ ਮਤਲਬ ਅਕਾਊਂਟ 'ਚ ਪੈਸੇ ਮਿਲਦੇ ਨੇ ਆਪਾਂ ਕਿਸੇ ਦੇ ਅਕਾਊਂਟ 'ਚ ਵੀ ਪੈਸੇ ਲੈ ਸਕਦੇ ਹਾਂ ਜਿਵੇਂ ਤੁਸੀਂ ਮੈਨੇਜਰ ਲੱਗੇ ਹੋਏ ਹੋ ਤੁਹਾਡੇ ਕੋਲ ਉੱਥੇ ਅਕਾਊਂਟ ਹੈਗੇ ਨੇ ਕਾਫੀ ਅਤੇ ਤੁਸੀਂ ਮੈਨੂੰ ਪੈਸੇ ਦੀ ਲੋੜ ਆ ਤੁਸੀਂ ਮੈਨੂੰ ਕਿਸੇ ਦੀ ਵੀ ਅਕਾਊਂਟ 'ਚ ਪੈਸੇ ਕੱਢ ਦੇ ਦਿਓ ਤੁਹਾਡਾ ਕੀ ਜਾਂਦਾ ਹੈਗਾ ਕਿਉਂ ਫਰੋਡ ਹੋ ਜੂ ਉਹ ਬਾਅਦ 'ਚ ਦੇਖਾਂਗੇ ਜਿਹੜਾ ਫਰੋਡ ਹੋਊਗਾ ਕੇਰ ਅਸੀਂ ਆਪਦਾ ਸਮਾਨ ਤਾਂ ਲੈ ਲਾਂਗੇ ਜਾ ਕੇ ਆਉਂਦਾ ਤੁਸੀਂ ਤਾਂ ਪੈਸੇ ਲੈ ਕੇ ਭੱਗ ਜੂਗੇ ਬੈਂਕ ਤੋਂ ਮੈਨੂੰ ਹੀ ਫੜੂ ਤੁਸੀਂ ਐਂ ਕਰਿਓ ਤੁਸੀਂ ਨਾਲੇ ਲੰਘ ਜਾਓ ਮੈਂ ਤੁਹਾਨੂੰ ਇੱਥੇ ਧੂੜ ਪਿੰਡ ਕਿਹੜਾ ਤੁਹਾਡਾ ਪੈਂਦ ਪੈਂਦ ਤੁਹਾਨੂੰ ਪੈਨ ਤਾਰ ਜੂ ਮੈਂ ਤੁਸੀਂ ਕੀ ਬਣਨਾ ਲਾਇਰ ਵੈਰੀ ਗੁੱਡ ਸੋ ਜ਼ੋਰਦਾਰ ਤਾੜੀਆਂ ਨਾ ਭੈਣਾਂ ਲਈ ਸੋ ਥੈਂਕ ਯੂ ਬਹੁਤ ਸੋ ਬੜਾ ਵਧੀਆ ਲੱਗਦਾ ਜੀ ਬੱਚਿਆਂ ਨਾਲ ਜਦੋਂ ਅਸੀਂ ਗੱਲਾਂ ਕਰਦੇ ਹਾਂ ਦਿਲ ਖੋਲ੍ਹ ਕੇ ਕਿਉਂਕਿ ਅਸੀਂ ਆਪ ਬੱਚੇ ਬਣ ਜਾਂਦੇ ਹਾਂ ਬੱਚਿਆਂ ਨਾਲ ਹਨਾ ਕਿਉਂਕਿ ਬਾਹਲੇ ਸਿਆਣਿਆਂ ਨਾਲ ਕਹਿੰਦੇ ਬੱਚੇ ਬੋਲਦੇ ਵੀ ਨਹੀਂ ਹੁੰਦੇ ਜੇ ਬਾਹਲੇ ਸਿਆਣੇ ਬਣ ਕੇ ਅਸੀਂ ਖੜਾਂਗੇ ਨਾ ਉਰੇ ਤਾਂ ਬੱਚੇ ਵੀ ਸਾਨੂੰ ਡਰਨ ਲੱਗ ਜਾਣਗੇ ਸੋ ਜ਼ੋਰਦਾਰ ਤਾੜੀਆਂ ਅਗਲੇ ਬੱਚਿਆਂ ਲਈ ਆ ਜਾਓ ਮੇਰਾ ਪੁੱਤ ਭਾਜੀ ਕੀ ਨਾਮ ਪੁੱਤ ਚਿੰਕੀ ਸਰ ਹੈ ਜੀ ਚਿੰਕੀ ਚਿੰਕੀ ਯੈਸ ਸਰ ਗੁੱਡ 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 ਨੇਮ ਤੁਹਾਡਾ ਮਹਿਕਦੀਪ ਕੌਰ ਮਹਿਕਦੀਪ ਕੌਰ ਚਿੰਕੀ ਕਿੱਥੋਂ ਆਉਣੇ ਹੋ ਤੁਸੀਂ ਸਰ ਪਾਤੜਾ ਤੋਂ ਪਾਤੜਾ ਤੋਂ ਕਿੰਨਾ ਘਰ ਦੂਰ ਹੈ ਇੱਥੋਂ ਸਰ ਥੋੜੀ ਜਿਹੀ ਦੂਰ ਹੈ ਓਕੇ 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 ਤੁਹਾਡਾ ਘਰ ਕਿੰਨੀ ਦੂਰ ਹੈ ਉਰੋਂ ਪਾਤੜਾ ਹੀ ਹੈ ਹਾਂ ਉਰੋਂ ਘਰ ਕਿੰਨਾ ਦੂਰ ਹੈ ਥੋੜੀ ਦੂਰ ਥੋੜੀ ਦੂਰ ਹੈ ਓਕੇ 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 ਤੇ ਹੁਣ ਤੁਸੀਂ ਕਰਕੇ ਕੀ ਦਿਖਾਓਗੇ ਸਰ ਟੱਪੇ ਕਿੱਧਰ ਟੱਪੇ ਟੱਪੇ ਕੌਣ ਟੱਪ ਗਿਆ ਪੁੱਤ ਟੱਪੇ ਬੋਲਾਂਗੇ ਸਰ ਹੈ ਜੀ ਟੱਪੇ ਬੋਲਾਂਗੇ ਸਰ ਟੱਪੇ ਬੋਲ ਦੋ ਟੱਪੇ ਕਿ ਟੱਪੇ ਮਾਈਕ ਉੱਪਰ ਰੱਖੋ ਪਤਾ ਫੇਰ ਟੱਪੇ ਜਾਊਗਾ ਚਲੋ ਠੀਕ ਹੈ ਪਹਿਲਾਂ ਟੱਪੇ ਟੱਪੇ ਦੇਖਦੇ ਆਪਾਂ ਟੱਪੇ ਟੱਪੇ ਆਂਦੀ ਲੈ ਵਾਰੀ ਟੱਪੇ ਟੱਪੇ ਆਂਦੀ ਲੈ ਵਾਰੀ ਕੁੜੀਆਂ ਮੈਂ ਪਤੜਾ ਸ਼ਹਿਰ ਦੀ ਟੱਪਿਆਂ ਤੋਂ ਨਾ ਹਾਰੀ ਕੁੜੀਆਂ ਮੈਂ ਪਤੜਾ ਸ਼ਹਿਰ ਦੀ ਟੱਪਿਆਂ ਤੋਂ ਨਾ ਹਾਰੀ ਬਾਈਸਾਈਕਲ ਚਲਾਈ ਜਾਂਦੇ ਹੋ ਸਾਈਕਲ ਚਲਾਈ ਜਾਂਦੇ ਹੋ ਉਹ ਤੁਹਾਡੀ ਕੀ ਲੱਗਦੀ ਜਿਹਨੂੰ ਮਗਰ ਬਿਠਾਈ ਜਾਂਦੇ ਹੋ ਸਾਈਕਲ ਚਲਾਈ ਜਾਂਦੇ ਹਾਂ ਬਾਈ ਸਾਈਕਲ ਚਲਾਈ ਜਾਂਦੇ ਹਾਂ ਉਹ ਸਾਡੀ ਵਾਈਫ ਲੱਗਦੀ ਜਿਹਨੂੰ ਮਗਰ ਬਿਠਾਈ ਜਾਂਦੇ ਹਾਂ ਕੋਟ ਕਿੱਲੀ ਤੇ ਨਾ ਟੰਗਿਆ ਕਰੋ ਸਾਡੇ ਨਾਲ ਨਹੀਂ ਉਹ ਬੋਲਣਾ ਸਾਡੀ ਗਲੀ ਵੀ ਨਾ ਲੰਘਿਆ ਕਰੋ ਜੇ ਸਾਡੇ ਨਾਲ ਨਹੀਂ ਉਹ ਬੋਲਣਾ ਸਾਡੀ ਗਲੀ ਵੀ ਨਾ ਲੰਘਿਆ ਕਰੋ ਕਿੰਨੇ ਦਿਨ ਤੋਂ ਤਿਆਰੀ ਕੀਤੀ ਟੱਪਿਆਂ ਦੀ ਸਰ ਇੱਕ ਦਿਨ ਇੱਕ ਦੋ ਦਿਨ ਹੀ ਹੋਇਆ ਓਕੇ 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 ਬੇਟਾ ਤੁਸੀਂ ਐਂ ਦੱਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਸਕੂਲ 'ਚ ਪੜ੍ਹਦੇ ਨੂੰ ਸਰ 2 ਈਅਰ ਹੋਏ ਨੇ 2 ਈਅਰ ਤੁਹਾਨੂੰ 3 ਈਅਰਸ 3 ਈਅਰਸ ਅਤੇ ਤੁਸੀਂ 2 ਸਾਲਾਂ 'ਚ ਜਾਂ ਤੁਸੀਂ 3 ਸਾਲਾਂ 'ਚ ਤੁਹਾਨੂੰ ਸਭ ਤੋਂ ਵਧੀਆ ਟੀਚਰ ਕਿਹੜੇ ਲੱਗੇ ਇੱਕ ਟੀਚਰ ਦਾ ਨਾਮ ਦੱਸਣਾ ਜਸ਼ਨ ਮੈਮ ਜਸ਼ਨ ਮੈਮ ਸੋ ਕਿਉਂ ਲੱਗਦੇ ਨੇ ਉਹਨਾਂ ਦਾ ਨੇਚਰ ਬਹੁਤ ਵਧੀਆ ਜਸ਼ਨ ਮੈਮ ਕਿੱਥੇ ਕਿਹੜੇ ਨੇ ਅੱਛਾ ਸਾਹਮਣੇ ਖੜ੍ਹਨੇ ਹੋਈ ਤਾਂ ਸੋ ਹੁਣ ਜਿਹੜਾ ਮੈਂ ਅਗਲਾ ਸਵਾਲ ਪੁੱਛੂੰਗਾ ਉਹ ਵੀ ਤੁਹਾਨੂੰ ਸਹੀ ਸਹੀ ਦੱਸਣਾ ਅਤੇ ਦੱਸਣਾ ਕਿਹੜੇ ਟੀਚਰ ਤੋਂ ਸਭ ਤੋਂ ਵੱਧ ਡਰ ਲੱਗਦਾ ਜਿਹਨਾਂ ਨੂੰ ਦੇਖ ਕੇ ਯਾਰ ਉਹ ਆ ਗਏ ਆਪਾਂ ਲੰਘ ਜਾਂਦੇ ਕਿਸੇ ਪਾਸੇ ਨਾ ਵੀ ਡਰ ਲੱਗਦਾ ਬਾਹਲਾ ਜ਼ਿਆਦਾ ਪ੍ਰਿੰਸੀਪਲ ਮੈਮ ਤੋਂ ਨਹੀਂ ਉਹਨਾਂ ਤੋਂ ਤਾਂ ਬਣਦਾ ਵੀ ਹੈ ਉਹਨਾਂ ਤੋਂ ਤਾਂ ਬਣਦਾ ਵੀ ਹੈ ਨਾ ਕਿਉਂਕਿ ਉਹ ਸਾਰਾ ਸਿਸਟਮ ਦੇਖ ਰਹੇ ਨੇ ਸਾਨੂੰ ਸਾਰੇ ਬੱਚਿਆਂ ਦਾ ਕਿੱਡਾ ਉਹਨਾਂ 'ਤੇ ਬੋਝ ਹੁੰਦਾ ਹੈ ਨਾ ਕਿੰਨੇ ਬੱਚਿਆਂ ਨੂੰ ਧਿਆਨ 'ਚ ਰੱਖਣਾ ਕਿਉਂਕਿ ਕਿਸੇ ਇੱਕ ਟੀਚਰ ਲਵੇ 30-40 ਸਟੂਡੈਂਟ ਹੁੰਦੇ ਨੇ ਪਰ ਇੱਕ ਪ੍ਰਿੰਸੀਪਲ ਮੈਮ ਸਰ ਕੋਲ ਸਾਰੇ ਉਹਨਾਂ ਦੇ ਸਟਾਫ ਵੀ ਉਹਨਾਂ ਦੇ ਬੱਚੇ ਹੁੰਦੇ ਨੇ ਹੈ ਨਾ ਤਾਂ ਸਾਰਿਆਂ ਦਾ ਧਿਆਨ ਰੱਖਣਾ ਵੀ ਕੋਈ ਡਿੱਕ ਤੁਹਾਨੂੰ ਪ੍ਰਿੰਸੀਪਲ ਮੈਮ ਤੋਂ ਹੀ ਡਰ ਲੱਗਦਾ ਓਕੇ ਤੁਸੀਂ ਵੱਡੇ ਹੋ ਕੇ ਅੱਗੇ ਜ਼ਿੰਦਗੀ 'ਚ ਸਰ ਸਿਵਲ ਸਰਵਿਸ ਲਾਈਨ 'ਚ ਵੈਰੀ ਗੁੱਡ ਤੁਸੀਂ ਟੀਚਰ ਸੋ ਬੇਟਾ ਤੁਸੀਂ ਟੀਚਰ ਹੋ ਸੋ ਆਪਾਂ ਸਾਰੇ ਬੱਚਿਆਂ ਨੂੰ ਚੁੱਪ ਕਰਾਓ ਓਏ ਚੁੱਪ ਨਹੀਂ ਕਰਦੇ ਸੋ ਜ਼ੋਰਦਾਰ ਤਾੜੀਆਂ ਨਾਲ ਭੈਣਾਂ ਲਈ ਸੋ ਥੈਂਕ ਯੂ ਭੈਣ ਇਸ ਤੋਂ ਬਾਅਦ ਯਾਦ ਰੱਖਿਆ ਥੋੜ੍ਹਾ ਡਰਾਈ ਜੀ ਕਹਿੰਦੇ ਜਾਂਦੇ ਤੁਸੀਂ ਡਰ ਗਏ ਮੈਂ ਡਰਾਤਾ ਕਰਨ ਕੀ ਆਈ ਤੁਸੀਂ ਜ਼ਿੰਦਗੀ 'ਚ ਇੱਧਰ ਸੌਂਗ ਗਾਣਾ ਆ ਕਿਹੜਾ ਗਾਣਾ ਯਾਰ 295 295 ਤੋਂ ਬਿਨਾਂ ਹੋਰ ਕਿਹੜਾ ਗਾਣਾ ਆਉਂਦਾ
ਮੈਨੂੰ ਆਂਦਾ ਦਿਲ ਨਾਲ ਲਾਰੇ ਦਿਲ ਨਾਲ ਲਾਰੇ ਜੰਮਿਆ ਦੀ ਜਦੋਂ ਮੈਂ ਪਹਿਲਾਂ ਦਿਲ ਨਾਲ ਲਾਰੇ ਇੱਕ ਪੈਰਾ ਸਾਰਾ ਨਾਲ ਯਾਰ ਤੈਨੂੰ ਕਰਦੇ ਰਹੇ ਕੋਈ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੂਗਾ ਮੇਰਾ ਦਿਲ ਨਾਲ ਲਾਰੇ ਨਹੀਂ ਤੂੰ ਲਾਉਣ ਵਾਲੀ ਇਹ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਮੇਰਾ ਦਿਲ ਨਾਲ ਲਾਰੇ ਨਹੀਂ ਤੂੰ ਲਾਉਣ ਵਾਲੀ ਇਹ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਕਹਿੰਦੀ ਹੁੰਦੀ ਦੀ ਚਾਹ ਟੁਕੜਾ ਦਿਲਾ ਦੇ ਤਾਰੇ ਨੇ ਪਸੰਦ ਮੈਨੂੰ ਹੇਠਾਂ ਸਾਰੇ ਲਾ ਦੇ ਇਹਨਾਂ ਤਾਰਿਆਂ ਦੇ ਵਿੱਚ ਜਦੋਂ ਮੈਨੂੰ ਦੇਖੇਗੀ ਮੇਰੀ ਯਾਦ ਜਦੀ ਆਊਗੀ ਤਾਂ ਪਤਾ ਲੱਗੂਗਾ ਮੇਰੇ ਦਿਲ ਨਾਲ ਲਾਰੇ ਨਹੀਂ ਤੂੰ ਲਾਉਣ ਵਾਲੀ ਇਹ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਮੇਰੇ ਦਿਲ ਨਾਲ ਲਾਰੇ ਨਹੀਂ ਤੂੰ ਲਾਉਣ ਵਾਲੀ ਇਹ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਜਿਹੜਾ ਇਹ ਹੌਸਲਾ ਹੁੰਦਾ ਨਾ ਵੀ ਮਤਲਬ ਕਰਾਊਡ 'ਚ ਖੜੇ ਅਸੀਂ ਅਤੇ ਇੱਥੇ ਕੋਈ ਬੰਦਾ ਇੱਥੇ ਗੱਲ ਕਰ ਰਿਹਾ ਅਤੇ ਭੱਜ ਕੇ ਆ ਜਾਣਾ ਉਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਇੱਕ ਬੰਦੇ ਲਈ ਮਤਲਬ ਬਹੁਤ ਵੱਡਾ ਜਿਗਰਾ ਚਾਹੀਦਾ ਹੁੰਦਾ ਸਾਨੂੰ ਉਹ ਚੀਜ਼ ਕਰਨ ਦੇ ਲਈ ਜਿਹੜੇ ਬੱਚੇ ਨੇ ਇਹਨੇ ਕਰਿਆ ਨਾ ਕਿਉਂਕਿ ਬਾਕੀ ਤਾਂ ਸਾਰੇ ਤਿਆਰ ਨੇ ਹਾਂ ਇਹਦੂ ਬਾਅਦ 'ਚ ਇਹਨੇ ਆਉਣਾ ਇਹਦੂ ਬਾਅਦ 'ਚ ਇਹਨੇ ਆਉਣਾ ਇਹਨੂੰ ਪਤਾ ਹੀ ਨਹੀਂ ਸੀ ਵੀ ਇਹਨੇ ਆਉਣਾ ਇਹਨੇ ਆਪ ਸੋਚਿਆ ਸੀ ਮੈਂ ਜਿਵੇਂ ਇਹਨੇ ਕਿਹਾ ਵੀ ਸੀ ਨਾ ਕਹਿੰਦਾ ਵੀ ਮੈਂ ਸੋਚਿਆ ਸੀ ਬਾਕੀ ਆਈ ਜਾਂਦੇ ਮੈਂ ਵੀ ਆ ਕੇ ਆਵਾਂ ਹੁਣ ਬਹੁਤ ਵਧੀਆ ਹਾਂਜੀ ਹਾਂਜੀ ਨਹੀਂ ਨਹੀਂ ਪੁੱਤ ਪੁੱਤ ਬੇਇੱਜ਼ਤੀ ਨਹੀਂ ਕਰ ਰਿਹਾ ਮੈਂ ਹੌਸਲਾ ਦੇ ਰਿਹਾ ਵੀ ਇਹ ਬਹੁਤ ਵਧੀਆ ਗੱਲ ਹੁੰਦੀ ਹੈ ਵੀ ਸਾਨੂੰ ਆਪਦੇ ਆਪ ਨੂੰ ਅੱਗੇ ਰੱਖਣਾ ਪੈਂਦਾ ਆਪ ਸਾਨੂੰ ਰੱਖਣਾ ਚਾਹੀਦਾ ਸਾਨੂੰ ਹਰੇਕ ਨੂੰ ਮੈਂ ਜਿੱਦਾਂ ਕਹਿ ਵੀ ਰਿਹਾ ਨਾ ਜੇ ਥੋੜ੍ਹੇ ਜਿਹਾ ਦਿਲ ਆ ਕਿਸੇ ਦਾ ਗੱਲ ਕਰਨਾ ਗਾਣਾ ਸੁਣਦਾ ਵੀ ਤੁਸੀਂ ਆਪ ਆਇਓ ਆਉਣਾ ਅਤੇ ਇਹ ਜਿਹੜਾ ਤੁਸੀਂ ਗਾਣਾ ਤੁਹਾਨੂੰ ਕਿਹਨੇ ਤਿਆਰ ਕਰਾਇਆ ਸੀ ਵੀ ਦਿਲ ਟੁੱਟ ਗਿਆ ਤਾਂ ਤੈਨੂੰ ਪਤਾ ਲੱਗੂਗਾ ਐਂ ਜੇ ਮਾਈਕ 'ਚ ਬੋਲੋ ਕਿਸੇ ਨੇ ਨਹੀਂ ਇਹ ਤਾਂ ਇਹਦਾ ਮਤਲਬ ਕੀ ਹੁੰਦਾ ਹੈਗਾ ਵੀ ਦਿਲ ਟੁੱਟਣਾ ਇਹਦਾ ਮਤਲਬ ਕੀ ਹੁੰਦਾ ਟੁੱਟੀ ਜਾਵੇ ਆਪਾਂ ਨੂੰ ਕਿਹੜਾ ਪਤਾ ਨਹੀਂ ਫਿਰ ਵੀ ਕੁਛ ਮਾੜਾ ਮੋਟਾ ਆਈਡੀਆ ਨਹੀਂ ਹੈਗਾ ਚਲੋ ਕੋਈ ਨਹੀਂ ਪੁੱਤ ਅਤੇ ਜ਼ੋਰਦਾਰ ਤਾੜੀਆਂ ਇਸ ਬੱਚੇ ਲਈ ਸੋ ਥੈਂਕ ਯੂ ਹਾਂ ਹੈ ਆਏ ਮੇਰਾ ਸ਼ੇਰ ਆਟੋਗ੍ਰਾਫ ਆ ਮਾਈਕ ਤਾਂ ਫੜ ਫੜ ਆਟੋਗ੍ਰਾਫ ਕੀ ਲਿਖਾਂ ਆਟੋਗ੍ਰਾਫ 'ਚ ਸਾਈਨ ਕਰ ਦੇ ਕਿਹਦੇ ਸਾਈਨ ਮੇਰੇ ਪੂਰਾ ਨਾਮ ਲਿਖਾਂ ਕਦਾ ਪੂਰਾ ਲਿਖ ਦੋ ਆਧਾਰ ਕਾਰਡ ਦੇ ਦਾ ਬੜਾ ਤਾੜੀਆਂ ਪਹਿਲਾਂ ਇਸ ਬੱਚੇ ਲਈ ਬਹੁਤ ਜਿਗਰਾ ਘੈਂਟ ਇਹਦਾ ਸੋ ਜ਼ੋਰਦਾਰ ਤਾੜੀਆਂ ਇਸ ਬੱਚੇ ਲਈ ਸੋ ਥੈਂਕ ਯੂ ਸੋ ਹਾਂਜੀ ਇਸ ਤੋਂ ਬਾਅਦ ਆਪਾਂ ਇਕੱਲੇ ਇਕੱਲੇ ਬੱਚੇ ਨੂੰ ਇੱਥੇ ਬੁਲਾਵਾਂਗੇ ਸੋ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਛੋਟੀ ਜਿਹੀ ਦੱਸਾਂ ਵੀ ਸਾਡੇ ਇਸ ਸ਼ੋਅ ਦੇ ਅੱਧੀ ਛੁੱਟੀ ਸਾਰੀ ਦੇ ਕੁਝ ਸਪੋਂਸਰ ਹੁੰਦੇ ਨੇ ਸੋ ਸਾਡੇ ਜਿਹੜੇ ਅੱਜ ਕੱਲ੍ਹ ਸਪੋਂਸਰ ਹੈਗੇ ਨੇ ਸਾਡੇ ਕੋਲ ਉਹ ਹੈਗੇ ਨੇ ਫਰੈਂਡਸ ਆਊਟਲੈਟ ਸੋ ਜਿਹੜਾ ਸਾਡਾ ਡਰੈਸ ਪਾਉਂਦਾ ਉਹ ਡਿਜ਼ਾਈਨ ਕਰਦੇ ਨੇ ਇਹ ਸੋ ਇਹਨਾਂ ਦਾ ਐਡਰੈਸ ਹੈਗਾ ਜੀ ਨੀਅਰ ਭਗਤ ਸਿੰਘ ਚੌਂਕ ਨਰਵਾਣਾ ਰੋਡ ਪਾਤੜਾਂ ਇਹ ਲੋਕਲ ਦੇ ਸਾਡੇ ਜਿਹੜੇ ਸਪੋਂਸਰ ਹੈਗੇ ਨੇ ਸੋ ਬਾਈ ਹੋਰੀ ਇੱਥੇ ਆਏ ਵੀ ਹੋਏ ਨੇਗੇ ਪਰ ਉਹ ਥੋੜ੍ਹਾ ਜਿਹਾ ਸੰਗਦੇ ਨੇ ਹੈ ਨਾ ਚਲੋ ਕੋਈ ਨਹੀਂ ਸੋ ਜ਼ੋਰਦਾਰ ਤਾੜੀਆਂ ਸਾਡੇ ਸਪੋਂਸਰਸ ਲਈ ਤੁਸੀਂ ਇਹਨਾਂ ਕੋਲ ਜਾ ਕੇ ਕੱਪੜਾ ਤੁਸੀਂ ਲੈ ਸਕਦੇ ਹੋ ਜਿਨ੍ਹਾਂ ਨੂੰ ਵੀ ਲੋੜ ਹੋਵੇ ਹੈ ਨਾ ਬਹੁਤ ਘੈਂਟ ਵਰਾਇਟੀ ਬਾਈ ਉਹਨਾਂ ਕੋਲ ਹੁੰਦੀ ਹੈਗੀ ਸੋ ਬਾਈ ਦੀਪ ਹੋਰੀ ਨੇ ਸੋ ਜ਼ੋਰਦਾਰ ਤਾੜੀਆਂ ਉਹਨਾਂ ਲਈ ਵੀ ਸੋ ਹਾਂਜੀ ਅੱਜ ਦਾ ਰੌਣਕਾਂ ਬਹੁਤ ਵਧੀਆ ਮਾਹੌਲ ਹੈ ਸੋ ਗਰਮੀ ਥੋੜ੍ਹੀ ਥੋੜ੍ਹੀ ਲੱਗ ਰਹੀ ਹੈਗੀ ਸੋ ਰੌਣਕਾਂ ਜਿਹੜੀਆਂ ਅੱਜ ਤਾਂ ਲੱਗੀਆਂ ਹੋਈਆਂ ਨੇਗੀਆਂ ਉਹ ਹੈਗਾ ਜੀ ਪਬਲਿਕ ਗਰਲ ਸੀਨੀਅਰ ਸੈਕੰਡਰੀ ਸਕੂਲ ਪਾਤੜਾ ਸੋ ਬੱਚੇ ਬਹੁਤ ਪਿਆਰੇ ਨੇ ਸੋ ਬ੍ਰੇਕ ਦਾ ਥੋੜ੍ਹਾ ਜਿਹਾ ਵੇਲਾ ਹੋਇਆ ਤੁਸੀਂ ਕਿਤੇ ਨਹੀਂ ਜਾਣਾ MH1 'ਤੇ ਲਾ ਕੇ ਰੱਖਣਾ ਸੋ ਬੇਟਾ ਮਿਲਦੇ ਹਾਂ ਇੱਕ ਛੋਟੀ ਜੀ ਸੋ ਵੈਲਕਮ ਬੈਕ ਤੁਹਾਡੇ ਆਪਣੇ ਸ਼ੋਅ ਬੱਚਿਆਂ ਦਾ ਸ਼ੋਅ ਅੱਧੀ ਛੁੱਟੀ ਸਾਰੀ ਸੋ ਜਿਹੜੀਆਂ ਅੱਜ ਦੀਆਂ ਰੌਣਕਾਂ ਨੇ ਜੀ ਉਹ ਪਬਲਿਕ ਗਰਲ ਸੀਨੀਅਰ ਸੈਕੰਡਰੀ ਸਕੂਲ ਪਾਤਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਇੱਕ ਇੱਕ ਕਰਕੇ ਸਾਰੇ ਬੱਚੇ ਆਪਾਂ ਬੁਲਾਵਾਂਗੇ ਆਪਾਂ ਸੋ ਬੇਟਾ ਸਾਰੇ ਜਣੇ ਪਹਿਲਾਂ ਸਕੂਲ ਦਾ ਨਾਮ ਬੋਲੋ ਸਕੂਲ ਦਾ ਨਾਮ ਹੈ ਪਾਤੜਾਂ ਪਾਤੜਾਂ ਵਿੱਚ ਅਸੀਂ ਆਏ ਹੋਏ ਜੀ ਸੋ ਹਾਂਜੀ ਇਸ ਤੋਂ ਬਾਅਦ ਅਗਲੇ ਬੱਚੇ ਭੇਜੋ ਆ ਜਾਓ ਕੀ ਨਾਮ ਹੈ ਤੁਹਾਡਾ ਮਨਿੰਦਰ ਤੁਹਾਡਾ ਨਾਮ ਲਵਦੀਪ ਮਨਿੰਦਰ ਕੀ ਕਰਕੇ ਦਿਖਾਓਗੇ ਸਰ ਤੁਹਾਡੇ ਤੋਂ ਕੁਐਸਚਨ ਪੁੱਛੋ ਅੱਛਾ ਮੇਰੇ ਤੋਂ ਕੁਐਸਚਨ ਪੁੱਛਣੇ ਨੇ ਪੁੱਛੋ ਬੁੱਤ ਪੁੱਛੋ ਸਰ ਤੁਸੀਂ ਆਪਣੀ ਲਾਈਫ 'ਚ ਕੀ ਸਟਰਗਲ ਕੀਤਾ ਸੀ ਮੈਂ ਆਪਣੀ ਲਾਈਫ 'ਚ ਕੀ ਕੀਤਾ ਸੀ ਮਤਲਬ ਕਿਵੇਂ ਜਿੱਦਾਂ ਕਿੱਦਾਂ ਕੀ ਸਟਰਗਲ ਕੀਤਾ ਸੀ ਸਰ ਤੁਸੀਂ ਸਟਰਗਲ ਹਾਂਜੀ ਸਰ ਸਟਰਗਲ ਦਾ ਪੁੱਤ ਬਹੁਤ ਉਹਦਾ ਖਾਸੇ ਦਿਨ ਲੱਗਣਗੇ ਦੱਸਣ 'ਤੇ ਸਟਰਗਲ ਬਹੁਤ ਕੀਤੀ ਹੈ ਪੁੱਤ ਬਹੁਤ ਮਤਲਬ ਮਾੜੇ ਟਾਈਮਾਂ 'ਚੋਂ ਕਹਿ ਸਕਦੇ ਹਾਂ ਆਪਾਂ ਹੈ ਨਾ ਸੋ ਨਾਟਕ ਕਰਦੇ ਸੀ ਥੀਏਟਰ ਕਰਦਾ ਸੀ ਮੈਂ ਅਤੇ ਮੋਟਰਸਾਈਕਲਾਂ ਦੇ ਬਾਗੇ ਕਦੇ ਨਾਟਕ ਕਰਨ ਕਦੇ ਸਾਈਕਲਾਂ 'ਤੇ ਵੀ ਲੰਘ ਜਾਂਦੇ ਕਦੇ ਤੁਰ ਕੇ ਵੀ ਲੰਘ ਜਾਂਦੇ ਹੈ ਨਾ ਸਕੂਲਾਂ 'ਚ ਨਾਟਕ ਕੀਤੇ ਕਾਲਜਾਂ 'ਚ ਨਾਟਕ ਕੀਤੇ ਪਿੰਡਾਂ 'ਚ ਨਾਟਕ ਕੀਤੇ ਅਤੇ ਬਸ ਉਹ ਕਰਦੇ ਕਰਦੇ ਆਪਦੇ ਆਪ ਨੂੰ ਨਿਖਾਰਿਆ ਬੋਲਣਾ ਸਿੱਖਿਆ ਅਤੇ ਸਾਰਿਆਂ ਨੂੰ ਸੁਣਦਾ ਹੁੰਦਾ ਮੈਂ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਬੋਲਣਾ ਹੈ ਨਾ ਤੁਹਾਨੂੰ ਸੁਣਨਾ ਆਉਣਾ ਚਾਹੀਦਾ ਤੁਸੀਂ ਜੇ ਸੁਣੋਗੇ ਨਹੀਂ ਤੁਹਾਨੂੰ ਪਤਾ ਨਹੀਂ ਲੱਗੂ ਤੁਸੀਂ ਬੋਲਣਾ ਕੀ ਹੈ ਠੀਕ ਹੈ ਸੋ ਬਹੁਤ ਸਟਰਗਲ ਕੀਤੀ ਹੈ ਸੋ ਉਹਦੇ ਆਪਾਂ ਕਦੇ ਸਪੈਸ਼ਲ ਡਿਬੇਟ ਬੈਠਾਂਗੇ ਆਪਾਂ ਹੈ ਨਾ ਕਿਉਂਕਿ ਆਪਾਂ ਹੁਣ ਜੇ ਆਪਾਂ ਉਹ ਪਾਸੇ ਤੁਰ ਗਏ ਤਾਂ ਸਾਰੇ ਬੱਚੇ ਇੱਥੇ ਬੋਰ ਹੋ ਜਾਣਗੇ ਨਾ ਕਿਉਂਕਿ ਕਿਸੇ ਨੂੰ ਪਸੰਦ ਆਊਗਾ ਕਿਸੇ ਨੂੰ ਨਹੀਂ ਆਊਗਾ ਬਹੁਤ ਸਟਰਗਲ ਕੀਤੀ ਹੈ ਸੋ ਬਾਬੇ ਨੂੰ ਹੁਣ ਬਾਂਹ ਫੜੀ ਹੋਈ ਹੈ ਅਤੇ ਆਪਦੇ ਕੰਮ 'ਤੇ ਲੱਗੇ ਹੋਏ ਹਾਂ ਅਤੇ ਆਪਾਂ ਇਮਾਨਦਾਰੀ ਨਾਲ ਆਪਦਾ ਕੰਮ ਨਿਭਾ ਰਹੇ ਹਾਂ ਹੈ ਨਾ
ਆ ਜਾਓ ਅਗਲਾ ਸਵਾਲ ਪੁੱਛੋ। ਤੁਸੀਂ ਐਕਟਰ ਬਣਨਾ ਚਾਹੁੰਦੇ ਹੋ ਜਾਂ ਸਿੰਗਰ? ਐਕਟਿੰਗ ਕਰਕੇ ਦਿਖਾ ਦਿਓ ਕੋਈ। ਨਹੀਂ ਪੁੱਤ, ਹਜੇ ਅਸਲ 'ਚ ਬਣਨਾ ਸਾਰਾ ਕੁਛ ਹੈ, ਮਤਲਬ ਜਿੱਦਾਂ ਜਿੱਦਾਂ ਅੱਗੇ ਅੱਗੇ ਮੌਕੇ ਮਿਲੀ ਜਾਣਗੇ ਐਕਟਰ ਹੀ ਬਣਾਂਗੇ ਆਪਾਂ, ਸਿੰਗਰ ਹੀ ਬਣਾਂਗੇ, ਗਾਣੇ ਵੀ ਕਰਾਂਗੇ, ਪਰ ਫਿਲਹਾਲ ਇਹ ਹੈਗਾ ਵੀ ਅਸੀਂ ਆਪਦੇ ਆਪ ਨੂੰ ਹਜੇ ਨਿਖਾਰ ਲਈਏ ਹੋਰ ਕਿਸੇ ਦੀ ਐਕਟਿੰਗ ਕਰਕੇ ਵਿਖਾ ਦਿਓ। ਕੀ ਤੂੰ ਹੁਣ ਐਕਟਿੰਗ ਚੱਲੀ ਜਾਂਦੀਆਂ ਨੇ ਹੁਣ ਨਾਲ, ਉੱਦਾਂ ਫੇਵਰੇਟ ਮੇਰਾ ਕੋਈ ਨਹੀਂ ਹੈਗਾ, ਨਾ ਕੋਈ ਐਕਟਰ ਹੈ ਨਾ ਕੋਈ ਸਿੰਗਰ ਹੈ, ਮੈਂ ਆਪਦਾ ਆਪ ਹੀ ਫੇਵਰੇਟ ਹਾਂ। ਕਿਸੇ ਨੂੰ ਅਸੀਂ ਫੇਵਰੇਟ ਬਣਾ ਕੇ ਅਸੀਂ ਆਪਦੇ ਆਪ ਨੂੰ ਭੁੱਲ ਜਾਂਦੇ ਹਾਂ, ਪਰ ਮੈਂ ਕਹਿਣਾ ਅਸੀਂ ਆਪ ਹੀ ਬਹੁਤ ਘੈਂਟ ਹੁੰਦੇ ਹਾਂ, ਸਾਰੇ ਘੈਂਟ ਹੁੰਦੇ ਨੇ, ਮੈਂ ਆਪਦਾ ਮੈਂ ਇਕੱਲਾ ਨਹੀਂ, ਤੁਸੀਂ ਸਾਰੇ ਬੱਚੇ ਘੈਂਟ ਹੁੰਦੇ ਹੋ ਆਪੋ ਆਪਦੇ ਸਾਰ, ਤੁਸੀਂ ਬਹੁਤ ਘੈਂਟ ਹੋ ਆਪਦੇ ਆਪ 'ਚ, ਤੁਸੀਂ ਆਪਦੇ ਆਪ 'ਚ ਬਹੁਤ ਘੈਂਟ ਹੋ, ਹੈ ਨਾ, ਕਿਉਂਕਿ ਹਰੇਕ ਬੰਦੇ 'ਚ ਇੱਕ ਅਲੱਗ ਕੁਆਲਿਟੀ ਹੁੰਦੀ ਹੈ, ਤਾਂ ਅਸੀਂ ਕਿਉਂ ਆਪਦੀ ਕੁਆਲਿਟੀ ਕਿਸੇ ਕਰਕੇ ਛੱਡ ਦਈਏ ਅਤੇ ਉਹਦੀ ਕੁਆਲਿਟੀ ਫੜੀਏ? ਸੋ ਇਸ ਕਰਕੇ ਸਾਰਿਆਂ ਦਾ ਫੇਵਰੇਟ ਕੌਣ ਹੈ? ਅਸੀਂ ਆਪ। ਸਾਰਿਆਂ ਦਾ ਫੇਵਰੇਟ ਕੌਣ ਹੈ? ਆਪਾਂ ਆਪ ਹੁੰਦੇ ਹਾਂ, ਇਸ ਕਰਕੇ ਆਪਦੇ ਆਪ ਨਾਲ ਪਿਆਰ ਕਰਨਾ ਹੁੰਦਾ, ਆਪਾਂ ਨੇ ਮਿਹਨਤ ਕਰਕੇ ਕੰਮ ਕਰਕੇ ਆਪਦਾ ਜੋ ਦਿਲ ਕਰਦਾ ਉਹ ਕਰਨਾ ਹੁੰਦਾ। ਠੀਕ ਹੈ, ਅਗਲਾ ਸਵਾਲ ਬੋਲੋ। ਥੈਂਕ ਯੂ ਮਿਸਟਰ, ਇਹ ਅਸੀਂ ਬੋਲਾਂਗੇ, ਤੁਸੀਂ ਬੋਲਣਾ। ਥੈਂਕ ਯੂ ਮਿਸਟਰ, ਬੋਲਾਂਗੇ। ਪੱਕੇ ਪੇੜ ਪਰ ਪੱਕਾ ਪਪੀਤਾ, ਪੱਕਾ ਪੇੜ ਆ ਪੱਕਾ ਪਪੀਤਾ, ਪੱਕੇ ਪੇੜ ਕੋ ਪਕੜੇ ਪਿੰਕੂ, ਪਿੰਕੂ ਪਕੜੇ ਪੱਕਾ ਪਪੀਤਾ। ਹੁਣ ਤੁਸੀਂ ਬੋਲੋ। ਪਪੀਤਾ ਜਿਹੜਾ ਪੱਕਿਆ ਹੋਇਆ, ਪਹਿਲਾਂ ਪਪੀਤਾ ਲਿਆਓ, ਬਾਅਦ 'ਚ ਦੇਖਾਂਗੇ, ਪਹਿਲਾਂ ਖਾਈਏ, ਭੁੱਖ ਲੱਗ ਰਹੀ ਹੈ। ਲਿਆਓ ਮੇਰਾ ਸ਼ੀਰ ਪਪੀਤਾ, ਪੱਕੇ ਪੇੜ 'ਤੇ ਪੱਕਾ ਪਪੀਤਾ। ਅੱਗੇ ਪੱਕਾ ਪੇੜ ਆ ਪੱਕਾ ਪਪੀਤਾ, ਪੱਕਾ ਪੇੜ ਜਾਂ ਪੱਕਾ ਪਪੀਤਾ, ਪੱਕੇ ਪੇੜ ਕੋ ਪਕੜੇ ਪਿੰਕੂ, ਪਿੰਕੂ ਪਕੜੇ ਪੱਕਾ ਪਪੀਤਾ, ਪੱਕੇ ਪੇੜ ਕੋ ਪਕੜੇ ਪਿੰਕੂ, ਪਿੰਕੂ ਪਕੜੇ ਪੱਕਾ ਪੱਕਾ। ਨਹੀਂ ਇਹ ਔਖਾ ਪੁੱਤ, ਕਿਉਂਕਿ ਲੰਮਾ ਹੈ, ਥੋੜ੍ਹਾ ਜੇ ਸ਼ੋਰਟ ਕਰ ਦੋ ਫਿਰ ਮੈਂ ਬੋਲ ਸਕਦਾ। ਕੁਛ ਹੋਰ ਹੋਰ ਪੁੱਛ ਲਓ, ਇਹ 'ਚ ਮੈਂ ਹਾਰ ਗਿਆ, ਸਹੀ ਗੱਲ ਹੈ। ਖਿੜਕੀ ਸੇ ਖੜਕਣੇ ਸੇ ਖੜਕਤੀਆਂ ਖਿੜਕੀਆਂ, ਖਿੜਕੀਓਂ ਸੇ ਖੜਕਣੇ ਸੇ ਖੜਕਤਾ ਹੈ ਖੜਕ ਸਿੰਘ। ਖੜਕ ਸਿੰਘ ਕੇ ਖੜਕਣੇ ਸੇ ਖੜਕਤੀਆਂ ਖਿੜਕੀਆਂ, ਹੈ ਨਾ, ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈ ਖਿੜਕੀਆਂ, ਖਿੜਕੀਓਂ ਕੇ ਖੜਕਣੇ ਸੇ ਖੜਕਤਾ ਹੈ ਖੜਕ ਸਿੰਘ। ਹੋਰ ਹੈ? ਹੋਰ ਵਧੀਆ, ਆਹ ਤਾਂ ਭੁੱਲੇ ਗਏ ਸੀਗੇ ਨਾ, ਮੈਂ ਵਧੀਆ, ਬਸ ਪਰਸੋਂ ਟੈਸਟ ਕਰਾਏ ਸੀਗੇ, ਬਸ ਉਹ ਠੀਕ ਹੈ, ਸਾਰਾ ਕੁਛ ਨੋਰਮਲ ਆਇਆ, ਬਸ ਡਾਕਟਰ ਨੇ ਕਿਹਾ ਸੀ ਸਵੇਰੇ ਨਿਰਣੇ ਕਾਰਜ ਉਹ ਹੁੰਦਾ ਜਿਹੜਾ ਤੇਜ਼ਾਬ ਠੰਡਾ ਕੈਪਸੂਲ ਵੀ ਉਹ ਖਾਇਆ ਕਰੂੰ, ਬਾਕੀ ਸਭ ਠੀਕ ਹੈ, ਰਾਤ ਦੀ ਰੋਟੀ ਖਾ ਕੇ ਸ਼ੇਅਰ ਵੀ ਕਰ ਲੈਣੇ, ਅਜਵਾਇਨ ਖਾ ਲੈਣਾ ਥੋੜ੍ਹੀ ਜਿਹੀ ਮੈਂ, ਓਕੇ, ਬਾਕੀ ਸਭ ਗੁੱਡ ਹੈ, ਤੁਸੀਂ ਦੱਸੋ। ਸਿਰ ਭੰਗੜਾ ਪਾ ਕੇ ਦਿਖਾ ਦਿਓ। ਭੰਗੜਾ ਪਾਈਏ? ਹਾਂਜੀ। ਤੁਸੀਂ ਨਾਲ ਪਾਉਂਗੇ? ਹਾਂਜੀ। ਪਰਫਾਰਮੈਂਸ ਤੁਹਾਡੀ ਕੀ ਹੈ? ਲੁੱਡੀ ਹੈ? ਤੁਸੀਂ ਦੋ ਜਾਣੇ ਹੋ ਕੋਈ ਟੀਮ ਹੈ? ਟੀਮ ਹੈ। ਚਲੋ ਫਿਰ ਆਪਾਂ ਲੁੱਡੀ ਕਰਾਂਗੇ ਜਦੋਂ, ਮੈਂ ਤੁਹਾਡੇ ਨਾਲ ਲੁੱਡੀ ਕਰੂੰ ਉਦੋਂ, ਹੈ ਨਾ, ਆਹ ਵਧੀਆ ਪਰਫਾਰਮੈਂਸ ਬਣੂ, ਤੁਸੀਂ ਲੁੱਡੀ ਵਾਲੇ ਬੱਚੇ ਬੁਲਾ ਲਓ ਸਾਰੇ ਆਪਾਂ, ਹੈ ਨਾ, ਲੁੱਡੀ ਵਾਲੇ ਬੱਚੇ ਭੇਜ ਦਿਓ ਜੀ ਸਾਰੇ। ਮੈਂ ਮਾਈਆ ਕਰੇ ਨੀਆਂ, ਜੇ ਮੈਂ ਮਾਈਆ ਕਰੇ ਨੀਆਂ, ਤੂੰ ਮੈਂਡੇ ਵੱਲ ਦੇਖ ਜ਼ਰਾ, ਅਸਾਂ ਇਕੱਠੀਆਂ ਹੋ ਕੇ ਆਈਆਂ, ਰਲ ਲੁੱਟੀਆਂ ਤਮਾਲਾ ਪਾਈਆਂ, ਅਸਾਂ ਇਕੱਠੀਆਂ ਹੋ ਕੇ ਆਈਆਂ, ਰਲ ਲੁੱਟੀਆਂ ਤਮਾਲਾ ਪਾਈਆਂ, ਸਾਡੇ ਬਾਗਾਂ ਵਿੱਚ ਆਈਏ ਬਹਾਰ, ਸਾਡੇ ਵੱਲ ਦੇਖ ਜ਼ਰਾ, ਜੇ ਮੈਂ ਲੁੱਟੀ ਕਰੇ ਨੀ ਆਇਆ, ਜੇ ਮੈਂ ਮਾਈਆ ਕਰੇ ਨੀ ਆਇਆ, ਤੂੰ ਮੈਂਡੇ ਵੱਲ ਦੇਖ ਜ਼ਰਾ, ਤੇਰੇ ਮੈਂਡੇ ਵੱਲ ਦੇਖ ਜ਼ਰਾ, ਸਾਨੂੰ ਝੂਮਕ ਚੜੀਏ ਜਵਾਨੀ, ਰੰਗ ਗੋਰਾ ਅੱਖ ਮਸਤਾਨੀ, ਸਾਨੂੰ ਝੂਮਕ ਚੜੀਏ ਜਵਾਨੀ, ਰੰਗ ਗੋਰਾ ਅੱਖ ਮਸਤਾਨੀ, ਸਾਡੇ ਖੇਡਣ ਦੇ ਦਿਨ ਚਾ, ਤੂੰ ਮੈਂਡੇ ਵੱਲ ਦੇਖ ਜ਼ਰਾ, ਸੁੱਟਾਂ ਮੰਗਨੇਰੀਆਂ, ਵਗਦੀ ਰਵੀ ਦੇ ਵਿੱਚ ਸੁੱਟਾਂ ਮੰਗਨੇਰੀਆਂ, ਕਰ ਕਰ ਗੱਲਾਂ ਹੋਣ ਤੇਰੀਆਂ ਤੇ ਮੇਰੀਆਂ, ਕਰ ਕਰ ਗੱਲਾਂ ਹੋਣ ਤੇਰੀਆਂ ਤੇ ਮੇਰੀਆਂ, ਵਿਛੋਰਾ ਲੰਮੇ ਜਿਆ, ਵੰਜਲੀ ਵਜਾ ਵਿਛੋਰਾ ਲੰਮੇ ਜਿਆ। ਬੇਟਾ ਕਿਹਨੇ ਤਿਆਰ ਕਰਾਇਆ ਤੁਹਾਨੂੰ ਇਹ? ਸਰ ਮਨਪ੍ਰੀਤ ਮੈਮ ਤੇ ਡੀਪੀ ਮੈਮ ਨੇ ਕਰਵਾਇਆ ਸੀ। ਸੋ ਵੈਰੀ ਗੁੱਡ, ਸੋ ਬੇਟਾ ਟੀਚਰਸ ਲਈ ਜ਼ੋਰਦਾਰ ਤਾੜੀਆਂ, ਬਹੁਤ ਪਿਆਰੀ ਪਰਫਾਰਮੈਂਸ।
ਤੋ ਪੁੱਤ ਤੁਸੀਂ ਵੱਡੇ ਹੋ ਕੇ ਕੀ ਸੋਚਿਆ? ਸਰ ਫੋਰਨ ਜਾਣਾ ਹੈ। ਓਕੇ, ਉੱਥੇ ਜਾ ਕੇ ਕੀ ਕਰਨਾ ਹੈ? ਇੰਜੀਨੀਅਰਿੰਗ। ਉੱਥੇ ਜਾ ਕੇ? ਹਾਂਜੀ। ਉਹਨਾਂ ਦੇ ਘਰ ਪਾਇਓ, ਇੱਧਰ ਨਾ ਸਾਡਾ ਕੁਝ ਕਰਿਓ। ਤੁਸੀਂ ਫੋਰਨ ਜਾਣਾ ਜੀ। ਉੱਥੇ ਜਾ ਕੇ ਜੀ ਇੰਜੋਏ ਕਰਨੀ ਹੈ ਲਾਈਫ। ਵੈਰੀ ਗੁੱਡ। ਤੁਸੀਂ ਮੇਕਅਪ ਆਰਟਿਸਟ? ਤੁਸੀਂ ਹਾਂ, ਪਹਿਲਾਂ ਵੀ ਤੁਹਾਡਾ ਦੂਜਾ ਕਿਹੜਾ ਸੀ? ਡਾਕਟਰ। ਵੈਰੀ ਗੁੱਡ। ਡਾਕਟਰ ਡਾਕਟਰ ਫੋਰਨ ਜਾਣਾ। ਉੱਥੇ ਜਾ ਕੇ ਡਾਕਟਰ। ਵੈਰੀ ਗੁੱਡ। ਫੋਰਨ ਜਾਣਾ, ਫੋਰਨ ਉੱਥੇ ਜਾ ਕੇ ਕਿਹੜਾ ਗਾਣਾ ਸੁਣਾਓਗੇ? ਸਰ ਇੱਕ ਤੂੰ ਹੀ ਯਾਰ ਮੇਰਾ। ਓਕੇ, ਇੱਕ ਤੂੰ ਹੀ ਯਾਰ ਮੇਰਾ। ਸੋ ਗਾਣਾ ਸੁਣਦੇ ਪਹਿਲਾਂ ਫਿਰ ਗੱਲ ਕਰਦੇ, ਠੀਕ ਹੈ? ਉਧਰ ਦੇਖ ਕੇ ਸੁਣਾਓ। ਅੱਖੀਆਂ ਮੇਰੀ ਪੁੱਛ ਰਹੀ ਹੈ ਦਮ ਤੋਂ, ਮੇਰੇ ਚੈਨ ਨਹੀਂ ਹੈ ਕਿੱਥੇ ਲੜਾਈਆਂ ਵੇ, ਤੂੰ ਅੱਖੀਆਂ ਕਿੱਥੇ ਲੜਾਈਆਂ ਵੇ, ਕਹਤੇ ਤੁਝਕੋ ਮੈਂ ਬਤਾਊਂ ਰਾਹੇ, ਤੇਰੀ ਤਖਤੀ ਜਾਉਂ ਨਿੰਦਾ ਚੁਰਾਈਆਂ ਵੇ, ਤੂੰ ਮੇਰੀਆਂ ਨਿੰਦਾ ਚੁਰਾਈਆਂ ਵੇ, ਧੜਕਨ ਇਹ ਕਹਤੀ ਹੈ ਦਿਲ ਤੇਰੇ ਬਿਨ ਧੜਕੇ ਨਾ, ਇੱਕ ਤੂੰ ਹੀ ਯਾਰ ਮੇਰਾ, ਮੁਝਕੋ ਕਿਆ ਦੁਨੀਆ ਸੇ ਦੇਨਾ, ਧੜਕਨ ਇਹ ਕਹਤੀ ਹੈ ਦਿਲ ਤੇਰੇ ਬਿਨ ਧੜਕੇ ਨਾ, ਇੱਕ ਤੂੰ ਹੀ ਯਾਰ ਮੇਰਾ, ਮੁਝਕੋ ਕਿਆ ਦੁਨੀਆ ਸੇ ਦੇਨਾ। ਘਰੇ ਕੌਣ ਕੌਣ ਹੈ ਪੁੱਤ ਪਰਿਵਾਰ 'ਚ? ਸਰ ਮੋਮ ਡੈਡ ਮੈਂ ਬ੍ਰਦਰ। ਮੋਮ ਡੈਡ ਐਂਡ ਬ੍ਰਦਰ, ਫੋਰ, ਚਾਰ ਜਣੇ? ਓਕੇ ਓਕੇ ਓਕੇ। ਅਤੇ ਲੜਾਈ ਪੈਂਦੀ ਹੈ ਭਰਾ ਨਾਲ ਥੋੜ੍ਹੀ ਬਹੁਤ ਕਦੇ ਵੀ? ਓਕੇ 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 ਓਕੇ। ਅਤੇ ਵੱਡੇ ਹੋ ਕੇ ਕੀ ਸੋਚਿਆ ਜ਼ਿੰਦਗੀ 'ਚ? ਸਰ ਅਭੀ ਕੁਛ ਸੋਚਿਆ ਨਹੀਂ ਹੈ, ਪਰ ਸਟੱਡੀ ਕੇ ਸਾਥ ਸਾਥ। ਪੜ੍ਹਾਈ 'ਚ ਕਿਵੇਂ ਹੋ? ਠੀਕ 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 ਹੋ? ਓਕੇ ਓਕੇ ਓਕੇ। ਸੋਚਿਆ ਹੈ ਨਹੀਂ ਤੁਸੀਂ ਬਣਨਾ ਕੀ ਹੈ? ਸਭ ਤੋਂ ਪਿਆਰੇ ਟੀਚਰ ਕਿਹੜੇ ਲੱਗਦੇ ਨੇ ਸਕੂਲ 'ਚੋਂ? ਸਰ ਟੂ ਟੀਚਰ ਸਭ ਤੋਂ ਅੱਛੇ ਲੱਗਦੇ, ਰਮਨ ਮੈਮ ਐਂਡ ਹਰਪ੍ਰੀਤ ਮੈਮ। ਓਕੇ, ਅਤੇ ਬਾਕੀ ਜਿਹੜੇ ਮਤਲਬ ਕਦੇ ਕਦੇ ਆਪਾਂ ਨੂੰ ਨਹੀਂ ਪਸੰਦ ਆਉਂਦੇ, ਕਿਹੜੇ ਟੀਚਰ ਨੇ ਹੋ ਜਾਂਦੇ ਤਾਂ ਡਰ ਲੱਗਦਾ ਹੁੰਦਾ? ਸਰ ਐਸੇ ਤਾਂ ਕੋਈ ਟੀਚਰ ਨਹੀਂ। ਡਰ ਨਹੀਂ ਲੱਗਦਾ ਇਸ ਤੋਂ? ਡਰਦੀ ਨਹੀਂ ਹੈਗੀ ਲੈ ਜਵਾਕ? ਟੀਚਰ ਹੈ ਨਾ, ਉਹ ਫਰੈਂਡ ਕੀ ਤਰ੍ਹਾਂ ਹੋਤੇ ਹੈ। ਓਕੇ, ਮਤਲਬ ਵਟਸਐਪ ਗਰੁੱਪ ਹੋਗਾ ਆਪਕਾ ਨਾ? ਆਪ ਘੁੰਮਣੇ ਜਾਤੇ ਹੋ ਮੈਮਸ ਕੇ ਸਾਥ, ਟੀਚਰਸ ਕੇ ਸਾਥ, ਫਰੈਂਡ ਕੇ ਸਾਥ ਤੋ ਘੁੰਮਣੇ ਜਾਤੇ ਹੈ ਹਮ? ਚਲੋ ਕੋਈ ਨੀ ਕੋਈ ਨੀ, ਜ਼ੋਰਦਾਰ ਤਾੜੀਆਂ ਇਸ ਭੈਣ ਲਈ। ਸੋ ਥੈਂਕ ਯੂ ਪੁੱਤ। ਮਾਈ ਨੇਮ ਇਜ਼ ਜੈਕਮਵੀਰ ਸਿੰਘ। ਵਾਹ ਬਾਈ ਵਾਹ, ਕਿੱਥੋਂ ਆਏ ਹੋ, ਕਿਹੜੇ ਦੇਸ਼ ਚੋਂ? ਪੰਜਾਬ। ਪੰਜਾਬ ਦੇਸ਼ ਚੋਂ ਆਏ ਨੇ, ਅੱਛਾ। ਕਿਹੜਾ ਜ਼ਿਲ੍ਹਾ ਕਿਹੜਾ ਪੈਂਦਾ? ਪਟਿਆਲਾ। ਪਿੰਡ ਕਿਹੜਾ ਪੈਂਦਾ? ਨਿਆਲ। ਨਿਆਲ। ਘਰੇ ਕੌਣ ਕੌਣ ਹੈ? ਮੰਮੀ ਡੈਡੀ ਬ੍ਰਦਰ। ਓਕੇ, ਸਭ ਤੋਂ ਵੱਧ ਕੁੱਟ ਕੀ ਤੋਂ ਪੈਂਦੀ ਹੈ? ਮੰਮਾ ਤੋਂ। ਵੈਰੀ ਗੁੱਡ। ਤੁਸੀਂ ਕਿੱਥੋਂ ਆਉਣੇ ਹੋ? ਬੁਰੜ ਤੋਂ। ਹੈਂ? ਬੁਰੜ ਤੋਂ। ਇੱਥੋਂ? ਹਾਂ, ਬੁਰੜ ਤੋਂ। ਬੁਰੜ ਇਹ ਕਿੱਥੇ ਜੇ ਪੈਂਦਾ? ਹੁਣ ਕਹਿ ਦੂਗਾ ਚੀਕ ਕੋਲੇ। ਕਿੰਨੀ ਦੂਰ ਹੈ ਇੱਥੋਂ ਬੁਰੜ? 5-6 ਕਿਲੋਮੀਟਰ। ਓਕੇ ਓਕੇ। ਬੁਰੜ ਦੇ ਸਰਪੰਚ ਦਾ ਨਾਮ ਕੀ ਹੈ? ਪਤਾ ਨਹੀਂ। ਨਿਆਲ ਦੇ ਸਰਪੰਚ ਦਾ ਨਾਮ ਕੀ ਹੈ? ਪਤਾ ਨਹੀਂ। ਓਕੇ, ਹੁਣ ਕੀ ਕਰਕੇ ਦਿਖਾਓਗੇ? ਸ਼ਹਿਰ। ਸ਼ਹਿਰੀ, ਚਲੋ ਸੁਣਾਓ। ਹਾਂਜੀ। ਅਕੇਲੇ ਹੈ ਤਾਂ ਕੋਈ ਗਮ ਨਹੀਂ, ਅਕੇਲੇ ਹੈ ਤਾਂ ਕੋਈ ਗਮ ਨਹੀਂ, ਜਾਂ ਇੱਜ਼ਤ ਨਹੀਂ ਵਾਹਮ ਨਹੀਂ। ਮਤਲਬ ਉਰੇ ਇਹ ਹੈਗਾ, ਇੱਜ਼ਤ ਹੈ ਤਾਂ ਹੈ ਉਰੇ। ਹਾਂ, ਤੁਸੀਂ? ਕੁਝ ਆਤੇ ਹੈ ਕੁਝ ਜਾਤੇ ਹੈ, ਹਾਂਜੀ, ਕੁਝ ਆਤੇ ਹੈ ਕੁਝ ਜਾਤੇ ਹੈ, ਕੋਈ ਕਿਸੇ ਕੋ ਖੁਲਾਤਾ ਨਹੀਂ, ਸਭੀ ਆਪਣੀ ਨਸੀਬ ਕਾ ਖਾਤੇ ਹੈ। ਨਾ ਚਾਏ ਲੇਤੇ ਹੈ ਨਾ ਕੌਫੀ ਲੇਤੇ ਹੈ, ਨਾ ਚਾਏ ਲੇਤੇ ਹੈ ਨਾ ਕੌਫੀ ਲੇਤੇ ਹੈ, ਤੇਰੇ ਪਿਆਰ ਕੇ ਮਰੀਜ਼ਾ ਜਨਾਬ, ਸਵਰਤੇ ਵਕਤ ਮਰਨ ਨਾਮ ਲੇਤੇ ਹਾਏ ਹਾਏ। ਵਕਤ ਅੱਛਾ ਹੋ ਚਾਹੇ ਬੁਰਾ, ਵਕਤ ਧੋਪਣਾ ਹੈ। ਵਕਤ ਅੱਛਾ ਹੋ ਚਾਹੇ ਬੁਰਾ, ਵਕਤ ਧੋਪਣਾ ਹੈ। ਰਾਤ ਮਿਹਨਤ ਇਸ ਲਈ ਜਾਰੀ ਹੈ ਕਿ ਤਰੱਕੀ ਦੇਖਣਾ ਮੇਰੀ ਮਾਂ ਦਾ ਸੁਪਨਾ ਹੈ। ਵਾਹ, ਕੀ ਬਾਤ। ਸਵਾਗਤ ਹੈ ਉਨਕੋ ਜੋ ਮੇਰਾ ਰਾਸਤਾ ਰੋਕਤੇ ਹੈ, ਪ੍ਰਣਾਮ ਹੈ ਉਨਕੋ ਜੋ ਮੇਰਾ ਰਾਸਤਾ ਰੋਕਤੇ ਹੈ, ਸਵਾਗਤ ਹੈ ਉਨਕਾ ਜੋ ਮੇਰਾ ਰਾਸਤਾ ਰੋਕਤੇ ਹੈ, ਪ੍ਰਣਾਮ ਹੈ ਉਨਕੋ ਜੋ ਮੇਰਾ ਰਾਸਤਾ ਰੋਕਤੇ ਹੈ, ਸ਼ੇਰ ਤਬ ਵੀ ਨਹੀਂ ਰੁਕਤਾ ਜਬ ਸੋ ਕੁੱਤੇ ਭੌਂਕਤੇ ਹੈ। ਇਤ
इतना वक्त का आया किसी पर दिल खोल के मर लूं। आए मर लूं। चोट लगे तो आंखों में आंसू भर लूं, इतना वक्त कहाँ है। हाँ। किसी पर दिल खोल के मर लूं, इतना वक्त कहाँ है। हाँ। अभी तो माँ बाप का एक भी सपना पूरा नहीं हुआ, तुम कहते हो आराम कर लूं, इतना वक्त कहाँ है। वाह, शायरी कितों लेके आए हो, किने तैयार कराई सी? आप भी कितने से पढ़ते पढ़ते भी है ना? कितने शायरी कटी करी चलते हो, वड्डे होके की बनना है? आर्मी ऑफिसर। तुसी? सॉफ्टवेयर इंजीनियर। वेरी गुड, तुसी जरूर बनोगे पुत। सो जोरदार ताड़ी है ना बच्चों लिए, भरावान लिए। सो हाँ जी, छोटे छोटे बच्चे नाल रौनक एवं लावांगे आप, तुसी कितने जाना MH1 ते ला के रखना है। सो छोटी जी ब्रेक का वेला होया, ब्रेक तो बाद फिर तो शो दे विच हाजिर होवांगे। सो बेटा मिलते हैं एक छोटी जी। सो हाँ जी, ब्रेक तो बाद फिर तो हाजिर होंगे। तो अपना शो है, बच्चों का शो है, फैमिली शो है। शो का नाम सारे बच्चे बोलेंगे, फिर मैं बोलूंगा स्कूल का नाम, मिला मैं बोलूंगा, फिर बच्चे बोलेंगे, फिर उस तो बाद आप ब्रेक दोबारा फिर लवेंगे। सो बेटा शो का नाम है अधी चुट्टी सारी। की नाम है थोड़ा? श्वेता। तुम डर कतरे हो? डरना नहीं पुत्र, रिलैक्स होके सारे तो अपने बच्चे ने, इन्हों तुम रोज देखते हो रहे है ना। चलो तुम इन्हों कदे कदे देखते हो, ठीक है? तुझे डरना नहीं है, घबरा रहे हो तुम, है ना? नर्वस हो रहे हो, क्यों हो रहे हो? हूँ ठीक हो? है नर्वस नहीं होना, ठीक है? थोड़ा नाम उच्ची देने बोलो, नाम की है थोड़ा? श्वेता। उच्ची बोलो और? श्वेता। उच्ची बोलो? श्वेता। ओके, फैमिली च कौन कौन है? मम्मी पापा भाई। मम्मी पापा भाई, ओके ओके। तो हूँ तुम की करके दिखाओगे, कोई गाना? वाह क्या बात है, क्या बात है, जोरदार ताड़ियां इस भैन ली। सो ये तो बहुत प्यारी फोटो बच्चे ने पोर्ट्रेट तैयार करया, ये मैं ते ये मेरी मम्मी ने। सो बड़ी प्यारी फोटो थी। सो ये दुख की गल ये भी ये फोटो मेरी मम्मी नाल मेरी आखिरी सी। मम्मी नू एक्सपायर होए नू 9-10 महीने होए ने, ते ये फोटो ही ज़्यादातर बच्चे मैनू बना के देंदे ने। तो क्योंकि शा लास्ट के उपर मैंने यही फोटो जी सी अपलोड की थी। सो ये फोटो ही लास्ट सी। सो जो भी कोई बच्चा ये बना के भेज दिता है ना, तो बड़ा बच्चा मैं वो मतलब अपना अपना बच्चा लगता है। सो साडे भैन भरा सारे जिहड़े ये हैगे ने, सो बना के देंदे ने। सो थैंक यू भैन मेरी, ये जोरदार ताड़ियाँ इस बच्चे लिए। सो हाँ जी, इस तो बाद जोरदार ताड़ियाँ एक अगले बच्चे लिए। सो सत श्री अकाल जी। सत श्री अकाल सर। हाँ जी वधिया जी, तुसी कदों आए? सर हुणे ही आए हां। अच्छा, चाह पानी पी लिया? यस सर। ओके, तुसी वध मिठे वाली पीनो का घट मिठे वाली पीनो चाह? सर ठीक ठीक जी पी लेने हां। अच्छा ओके ओके, तुहाडा नाम की सीगा? नवजोत कौर। ओके, कित्थों आउणे हो? छुतराणा। छुतराणा इधर हैगा? यस सर। खनौरी साइड? यस। ओके ओके ओके, की करके दिखाओगे हुण? सर बोलियां केड़ियां? सर तुसी नचियो जी, आउंदे आउंदे क्रिएट कर ले भी हुण। भाई उन्होंने ऐ कहता भी हुण भी मैं नचूंगा, तू बोली पावी? पहले ही सोच के आए सी। अच्छा, ते तुसी बोलिया कल्ले पाओगे? हां जी। चलो ठीक है, फिर मैं भी नचूंगा कल्ला। होरां दे माए ता कोटी वटी खेड़ दे, ये ता कोटी वटी खेड़ दे, मेरा माया दोंदा वाह जी वाह, क्या बात। आउन देखो और। सस मेरी ने बच्चे जम्मे, सस मेरी ने बच्चे जम्मे, जम जम भरी रसोई। सस मेरी ने बच्चे जम्मे, जम जम भरी रसोई। सारे मां वरगे प्यो वरगा ना कोई, सारे मां वरगे प्यो वरगा ना कोई, सारे। थैंक यू सर। कदे हूं करके, कदे हां करके, कदे हूं करके, कदे हां करके, केड़ा दे दे नी मटियारे लम्मी बाह करके, केड़ा दे दे नी मटियारे लम्मी बाह करके, केड़ा दे दे। वड्डे होके की बनना, एक ही दस दो जरूर, क्योंकि मेरा बड़ा मतलब दिल होंदा है, मैं हरेक बच्चे नूं पुछां वड्डे होके की बनना है, तां जो जिस दिन यह एपीसोड टीवी के उपर आए उन्हें याद आ जाए भी मैंने आह क्या होया, भी मैंने आह बनना है, फिर वो उसकी वो मेहनत करे तो जरूर बने। सो हाँ जी पुत, वड्डे होके की बनना? हजे तक ते हाउस वाइफ आ अगो टीचर। मैं पर उही पुत पुत कही जाना मां दे, ओ तुसी दस्या करो मेरे भी टीचर आ रहा है कोई। मैं नो नो सर, है
ਮੈਂ ਤਾਂ ਇਹਦੀ ਮਾਂ ਦੇ 10ਵੀਂ 8ਵੀਂ ਵਾਲਾ ਕਿਤੇ ਬੱਚਾ ਕੋਈ ਹੈ ਨਾ ਮੈਂ ਉਹ ਨਾ ਕੋਈ ਨਾ ਮੇਰਾ ਪੁੱਤ ਕੋਈ ਨਾ ਬੱਚਾ ਮੈਂ ਓਏ ਹੋਏ ਹੋਏ ਅੱਗੇ ਤੇ ਸਟੂਡੈਂਟ ਹੀ ਆ ਬਾਕੀ ਮੈਰਿਜ ਚਲਦੀ ਨਹੀਂ ਨਹੀਂ ਉਹ ਤਾਂ ਠੀਕ ਹੈ ਪਰ ਹਾਂ ਤਾਂ ਕਰਕੇ ਜੀ ਕਦੋਂ ਕਦੋਂ ਹੋਇਆ ਵਿਆਹ ਤੁਹਾਡਾ ਸਰ ਜਨਵਰੀ ਚ ਹੋਇਆ ਸੀ 2020 ਜਨਵਰੀ 2020 ਚ ਤੁਹਾਡਾ ਵਿਆਹ ਹੋਇਆ ਸੀਗਾ ਓਕੇ ਤੇ ਉਦੋਂ ਬਾਅਦ ਤੁਹਾਡੀ ਸਟੱਡੀ ਚੱਲ ਰਹੀ ਹੈ ਤੇ ਭਾਜੀ ਹੋਰੀ ਕੀ ਕਰਦੇ ਨੇ ਸਰ ਉਹ ਜੋਬ ਕਰ ਰਹੇ ਨੇ ਕਿੱਥੇ ਉਹ ਬੈਠੀ ਕੰਪਨੀ ਦੇ ਵਿੱਚ ਅੱਛਾ 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 ਚਲੋ ਵਧੀਆ ਗੱਲ ਹੈ ਸੋ ਜ਼ੋਰਦਾਰ ਤਾੜੀ ਇਹਨਾਂ ਦੀ ਮੈਰਿਡ ਲਾਈਫ ਲਈ ਸੋ ਥੈਂਕ ਯੂ ਕੀ ਨਾਮ ਹੈ ਜੀ ਤੁਹਾਡਾ ਪੱਲਵੀ ਸਰ ਪੱਲਵੀ ਪੱਲਵੀ ਕਿੱਥੋਂ ਆਉਣੇ ਹੋ ਇੱਥੋਂ ਹੀ ਲੋਕਲ ਸਰ ਇੱਥੋਂ ਹੀ ਆਉਣੇ ਉੱਥੇ ਖੜੇ ਜਾਣਾ ਤੁਸੀਂ ਨਹੀਂ ਨਹੀਂ ਸਰ ਤੁਸੀਂ ਉੱਥੇ ਖੜੇ ਤੁਸੀਂ ਹਾਂ ਬਾਬਾ ਜੀ ਇੱਥੋਂ ਹੀ ਆਉਣੇ ਤੁਸੀਂ ਤੁਸੀਂ ਤੁਹਾਡਾ ਨਾਮ ਸ਼ੁਭਜੋਤ ਕੌਰ ਸ਼ੁਭਜੋਤ ਕੌਰ ਤੁਹਾਡੀਆਂ ਅੱਖਾਂ ਬਹੁਤ ਪਿਆਰੀਆਂ ਨੇ ਨਾ ਬਿੱਲੀਆਂ ਬਿੱਲੀਆਂ ਅੱਖਾਂ ਤੁਸੀਂ ਕਿੱਥੋਂ ਆਉਣੇ ਹੋ ਲੋਕਲ ਆਉਣੇ ਹੋ ਤੁਸੀਂ ਕੀ ਕਰਕੇ ਦਿਖਾਓਗੇ ਹੁਣ ਪਰਫਾਰਮੈਂਸ ਹੈ ਸਾਡੀ ਕੀ ਹੈ ਪਰਫਾਰਮੈਂਸ ਡਾਂਸਰ ਸਮੈਸ਼ ਅਪ ਸੌਂਗ ਹੈ ਓਕੇ ਓਕੇ ਚਲੋ ਪਹਿਲਾਂ ਡਾਂਸ ਦੇਖਦੇ ਹਾਂ ਤੁਹਾਡੇ ਤੇ ਸ਼ੇਰ ਪਿੰਡ ਦਾ ਜਿਹੜਾ ਮਰਜ਼ੀ ਆਉਣ ਦੋ ਕੋਈ ਚੱਕਰ ਨਹੀਂ ਆਉਣ ਦੋ ਪੁੱਤ ਆਉਣ ਦੋ ਆਪ ਹਮਾਰੇ ਸਕੂਲ ਮੇ ਆਏ ਤੋ ਹਮ ਫੂਲ ਬਰਸਾਏਂਗੇ ਕਿਆ ਬਾਤ ਆਪ ਹਮਾਰੇ ਸਕੂਲ ਮੇ ਆਏ ਤੋ ਹਮ ਫੂਲ ਬਰਸਾਏਂਗੇ ਅਗਰ ਫੂਲ ਨਾ ਮਿਲੇ ਹਾਂ ਅਗਰ ਫੂਲ ਨਾ ਮਿਲੇ ਤੋ ਹਮ ਖੁਦ ਫੂਲ ਬਣ ਜਾਏਂਗੇ ਨਾ ਮੇਰਾ ਪੁੱਤ ਨਾ 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 ਸੋ ਲਿਆਓ ਪੁੱਤ ਮਾਈਕ ਤੇ ਤੁਸੀਂ ਗਾਣਾ ਡਾਂਸ ਕਰੋ ਫਿਰ ਆਪਾਂ ਗੱਲਬਾਤ ਕਰਦੇ ਹਾਂ ਠੀਕ ਹੈ ਸੋ ਇੰਜੋਏ ਕਰਨਾ ਤੁਸੀਂ ਆਪਾਂ ਸਾਰਿਆਂ ਨੇ ਬਹੁਤ ਐਨਰਜੀ ਵਾਲਾ ਤੁਹਾਡਾ ਭੰਗ ਡਾਂਸ ਕਿਹਨੇ ਤਿਆਰ ਕਰਾਇਆ ਸੀ ਖੁਦ ਹੀ ਕੀਤਾ ਸਰ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ ਸਰ ਨਾਓ ਆਈ ਐਮ ਅ ਟੀਚਰ ਅੱਛਾ ਤੁਸੀਂ ਟੀਚਰ ਹੋ ਹਾਂਜੀ ਸਰ ਤਾਂ ਤੁਸੀਂ ਦੱਸਿਆ ਕਰੋ ਪਹਿਲਾਂ ਮੈਨੂੰ ਤਾਂ ਓਕੇ ਤੁਸੀਂ ਵੀ ਟੀਚਰ ਹੋ ਆਇਲਸ ਕਰ ਰਹੇ ਤੁਸੀਂ ਆਇਲਸ ਕਰ ਰਹੇ ਹੋ ਓਕੇ 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 ਚਲੋ ਤੁਸੀਂ ਟੀਚਰ ਹੈਗੇ ਹੋ ਤੁਸੀਂ ਅੱਗੇ ਹੋਰ ਜ਼ਿੰਦਗੀ 'ਚ ਏਮ ਕੋਈ ਸਰ ਨਾਲ ਨਾਲ ਮੇਰੀ ਸਟੱਡੀ ਵੀ ਚੱਲ ਰਹੀ ਹੈ ਓਕੇ ਕਿਹੜੀ ਸਟੱਡੀ ਕਰ ਰਹੇ ਹੋ ਬੈਚਲਰਸ ਚੱਲ ਰਹੀ ਹੈ ਸਰ ਮੇਰੀ ਓਕੇ 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 ਸਰ ਤੁਸੀਂ ਸਾਡੇ ਸਕੂਲ 'ਚ ਆਏ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤੁਹਾਡੇ ਵਰਗੇ ਜੋ ਸਾਰੇ ਛੋਟੇ ਬੱਚੇ ਇੱਧਰ ਹੋਰ ਹੈਗੇ ਨੇ ਟੀਚਰ ਇੰਨਾ ਪਿਆਰ ਕਰਦੇ ਨੇ ਤਾਂ ਸਾਨੂੰ ਵੀ ਚੰਗਾ ਲੱਗਦਾ ਕਿਉਂਕਿ ਸਾਡਾ ਪਰਿਵਾਰ ਹੈ ਇੱਕ ਸਾਰਾ ਹੈ ਨਾ ਤੁਸੀਂ ਸਾਰੇ ਛੋਟੇ ਬੱਚੇ ਨੇ ਛੋਟੇ ਭੈਣਾਂ ਭਾਈਆਂ ਵਰਗੇ ਨੇ ਸੋ ਬੜਾ ਚੰਗਾ ਲੱਗਦਾ ਸਾਨੂੰ ਵੀ ਸਕੂਲਾਂ ਵਿੱਚ ਜਾ ਕੇ ਐਜੂਕੇਸ਼ਨ ਲੈ ਚੁੱਕੇ ਹਾਂ ਤੇ ਅਸੀਂ ਸਾਡੇ ਸਕੂਲ ਦੇ ਬਹੁਤ ਥੈਂਕਫੁਲ ਹਾਂ ਅੱਜ ਉਹਨਾਂ ਨੇ ਸਾਨੂੰ ਸਪੈਸ਼ਲ ਤੁਹਾਡੇ ਲਈ ਬੁਲਾਇਆ ਇਨਵਾਈਟ ਕੀਤਾ ਨਹੀਂ ਨਹੀਂ ਇਹ ਤੁਸੀਂ ਪ੍ਰਿੰਸੀਪਲ ਮੈਮ ਦਾ ਥੈਂਕ ਯੂ ਕਰਿਓ ਹੈ ਨਾ ਆਈ ਐਮ ਵੈਰੀ ਥੈਂਕਫੁਲ ਟੂ ਆਰ ਸਕੂਲ ਪ੍ਰਿੰਸੀਪਲ ਮੈਮ ਜੀ 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 ਐਂਡ ਸਾਰੇ ਆਪਣੇ ਚੇਅਰਮੈਨ ਸਰ ਜਿੰਨੇ ਵੀ ਸਾਡੇ ਟੀਚਰਸ ਆਰ ਕਮੇਟੀ ਮੈਂਬਰਸ ਆਮ ਵੈਰੀ ਥੈਂਕਫੁਲ ਟੂ ਆਲ ਆਫ ਯੂ ਓਕੇ ਓਕੇ ਥੈਂਕ ਯੂ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮਾਈਕ ਉੱਪਰ ਕਰ ਲਓ ਕੀ ਨਾਮ ਹੈ ਸ਼ਰਨਪ੍ਰੀਤ ਕੌਰ ਸ਼ਰਨਪ੍ਰੀਤ ਕੌਰ ਕੀ ਕਰਕੇ ਦਿਖਾਓਗੇ ਸ਼ਰਨ ਗਾਣਾ ਗਾਉਣਾ ਕਿਹੜਾ ਬਾਪੂ ਤੇਰੇ ਕਰਕੇ ਮੈਂ ਪੈਰਾ ਸਿੱਧੂ ਮੂਸੇ ਸਿੱਧੂ ਮੂਸੇ ਦਾ ਬਾਪੂ ਗਾਣਾ ਸੋ ਇੱਧਰ ਦੇਖ ਕੇ ਜੋ ਮੈਨੂੰ ਗੱਭਰੂ ਕਰਦੇ ਕਰਦੇ ਹੂੰ ਤੈਨੂੰ ਆਏ ਨੇ ਹਾਏ ਮੁੱਲ ਮੋੜਨਾ ਚਾਹੁੰਨਾ ਤੇਰੇ ਅਤੋਲਿਆਂ ਦਾ ਸਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਹੈ ਹੁਣ ਬੋਝ ਤੂੰ ਮੈਨੂੰ ਦੇ ਦੇ ਜਿਹਨੂੰ ਡਿੱਗਦੇ ਟੈਂਦੇ ਨੂੰ ਲੋਕੀ ਟੀਚਰਾਂ ਕਰਦੇ ਸੀ ਮਕਾਮ ਐਸੇ ਉਹ ਨਿੱਕੀ ਉਮਰੇ ਹੀ ਛੋ ਗਿਆ ਹੈ
ਚਾਹੀਦੀ ਦੱਸ ਬਾਪੂ ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ ਹੈ ਤੂੰ ਮੇਰਾ ਬਚਪਨ ਉੱਤੇ ਰੱਖਿਆ ਆਪਣੇ ਚਾਵਾਂ ਤੋਂ ਕੁੱਟ ਕੁੱਟ ਲਿਆਉਂਦਾ ਰਿਹਾ ਤੂੰ ਮਾੜੀਆਂ ਥਾਵਾਂ ਤੋਂ ਮੈਂ ਬਿੰਗਾ ਬੋਲਾ ਤੇਰੀਆਂ ਝਿੜਕਾਂ ਸਾਂਭ ਲਿਆ ਉਂਜ ਪੁੱਤ ਵਿਗੜੇ ਕਿੱਥੇ ਸਭ ਦੇ ਕੱਲੀਆਂ ਮਾਵਾਂ ਤੋਂ ਜੋ ਭਿੱਜੀਆਂ ਅੱਖਾਂ ਤੇਰੀਆਂ ਨੇ ਕਦੇ ਦੇਖੇ ਸੀ ਮਤਾਂ ਮੈਂ ਐਸੇ ਉਹ ਨਿੱਕੀ ਉਮਰੇ ਛੋ ਗਿਆ ਹੈ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ ਹੈ ਵੈਰੀ ਗੁੱਡ ਜ਼ੋਰਦਾਰ ਤਾੜੀਆਂ ਬਹੁਤ ਪਿਆਰਾ ਗਾਣਾ ਤੇ ਪੁੱਤ ਵੱਡੇ ਹੋ ਕੇ ਕੀ ਬਣਨਾ ਤੁਸੀਂ ਨੇ ਬਾਹਰ ਜਾਣਾ ਸੋ ਵੈਰੀ ਗੁੱਡ ਹੈ ਪਰਮਾਤਮਾ ਕਰੇ ਜ਼ਰੂਰ ਬਾਹਰ ਜਾਓ ਸੋ ਗੋਡ ਬਲੈਸ ਯੂ ਜ਼ੋਰਦਾਰ ਤਾੜੀਆਂ ਇਸ ਭੈਣ ਲਈ ਥੈਂਕ ਯੂ ਬ੍ਰੇਕ ਦਾ ਥੋੜ੍ਹਾ ਜਿਹਾ ਵੇਲਾ ਹੋਇਆ ਤੁਸੀਂ ਕਿਤੇ ਨਹੀਂ ਜਾਣਾ MH1 ਤੇ ਲਾ ਕੇ ਰੱਖਣਾ ਸੋ ਬੇਟਾ ਮਿਲਦੇ ਹਾਂ ਇੱਕ ਛੋਟੀ ਜੀ ਕੀ ਕਰਕੇ ਦਿਖਾਓਗੇ ਡਾਂਸ ਲਾਈਵ ਹੈ ਜਾਂ ਰਿਕਾਰਡਡ ਹੈ ਭੰਗੜਾ ਭੰਗੜਾ ਲਾਈਵ ਹੈ ਜਾਂ ਰਿਕਾਰਡਡ ਢੋਲ ਤੇ ਢੋਲ ਤੇ ਚਲੋ ਠੀਕ ਹੈ ਪੋਜੀਸ਼ਨ ਲਓ ਤੁਸੀਂ ਸੋ ਦੇਖਦੇ ਜੀ ਇਹਨਾਂ ਦਾ ਭੰਗੜਾ ਆਪਾਂ ਬਹੁਤ ਵਧੀਆ ਤੁਹਾਡਾ ਭੰਗੜਾ ਕਿੰਨੇ ਦਿਨਾਂ 'ਚ ਤਿਆਰ ਕਰਿਆ ਹੋ ਗਈ ਸੀ ਹਫ਼ਤਾ ਕੁ ਵੈਰੀ ਗੁੱਡ ਕਿਹਨੇ ਤਿਆਰ ਕਰਾਇਆ ਸੀ ਮਨਪ੍ਰੀਤ ਮੈਮ ਨੇ ਮਨਪ੍ਰੀਤ ਮੈਮ ਲਈ ਜ਼ੋਰਦਾਰ ਤਾੜੀਆਂ ਬਹੁਤ ਪਿਆਰਾ ਜਿਹਾ ਡਾਂਸ ਤੁਹਾਡੀ ਸਿਲੈਕਸ਼ਨ ਹੋਈ ਸੀ ਜਾਂ ਮਨਪ੍ਰੀਤ ਮੈਮ ਨੇ ਕਹਿਤਾ ਸੀ ਵੀ ਤੂੰ ਆ ਜਾ ਤੁਸੀਂ ਭੰਗੜਾ ਕਰਨਾ ਸਿਲੈਕਸ਼ਨ ਹੋਈ ਸੀ ਵੈਰੀ ਗੁੱਡ ਤੁਸੀਂ ਸਿਲੈਕਸ਼ਨ ਹੋ ਗਏ ਤੁਸੀਂ ਆਹ ਬੱਚੇ ਅੱਗੇ ਨਿਕਲੇ ਨਾ ਬਹੁਤ ਵਧੀਆ ਗੱਲ ਹੈ ਸੋ ਅੱਗੇ ਲਾਈਫ 'ਚ ਕੀ ਕਰਨਾ ਡਾਕਟਰ ਬਣਨਾ ਵੈਰੀ ਗੁੱਡ ਪੁੱਤ ਵੈਰੀ ਗੁੱਡ ਡਾਕਟਰ IPS ਅਫਸਰ IPS ਡਾਕਟਰ ਬਾਹਰ ਕਿਹੜੇ ਆਸਟ੍ਰੇਲੀਆ ਵੈਰੀ ਗੁੱਡ ਪਾਇਲਟ ਤੁਸੀਂ ਪਾਇਲਟ ਬਣ ਕੇ ਇਹਨਾਂ ਨੂੰ ਬਿਠਾ ਕੇ ਲੈ ਜਾਓ ਠੀਕ ਹੈ ਜਹਾਜ਼ ਵੀ ਆਪਾਂ ਸਰ ਹੋਰ ਨਾਲ ਗੱਲ ਕਰ ਲਾਂਗੇ ਜਹਾਜ਼ ਆਪਾਂ ਸਕੂਲ 'ਚ ਪਵਾ ਲਾਂਗੇ ਆਪਾਂ ਕੈਨੇਡਾ ਜਾਣਾ ਇਹਨਾਂ ਨੇ ਜਹਾਜ਼ 'ਚ ਵਗ ਜਾਓ ਟੀਚਰ ਜੀ ਟੀਚਰ ਵੈਰੀ ਗੁੱਡ ਟੀਚਰ ਡਾਕਟਰ ਵੈਰੀ ਗੁੱਡ ਸੋ ਜਹਾਜ਼ ਵਿੱਚ ਡਾਕਟਰ ਦੀ ਵੀ ਲੋੜ ਹੋਊਗੀ ਕਾਹ ਸੀ ਕੁਰੇਜੀ ਸੀ ਨਾ ਅਤੇ ਲੈ ਜਾਓ ਸੋ ਇਹ ਸਕੂਲ ਦੀ ਸਭ ਤੋਂ ਵਧੀਆ ਗੱਲ ਹੈ ਜੀ ਇੱਕ ਇਹ ਸੋ ਮੈਂ ਸਵੇਰੇ ਸਰ ਹੋਰਾਂ ਨਾਲ ਮੈਮ ਪ੍ਰਿੰਸੀਪਲ ਹੋਰਾਂ ਨਾਲ ਬੈਠਾ ਸੀਗਾ ਸੋ ਇਹ ਸਕੂਲ ਦੇ ਵਿੱਚੋਂ ਬੱਚੇ ਜਿਹੜੇ ਮਤਲਬ ਕੁੜੀਆਂ ਇੱਥੇ ਜ਼ਿਆਦਾ ਨੇਗੀਆਂ ਹੈ ਨਾ ਅਤੇ ਬੱਚੇ ਕਾਫੀ ਹੈ ਨਾ ਦੋ ਜੱਜ ਵੀ ਲੱਗੇ ਹੋਏ ਨੇ ਬੱਚੇ ਇੱਥੋਂ ਅਤੇ ਡਾਕਟਰ ਸਾਹਿਬਾਨ ਵੀ ਬਹੁਤ ਇੱਥੋਂ ਬਣ ਕੇ ਗਏ ਨੇ ਬੱਚੇ ਸੋ ਬਹੁਤ ਪ੍ਰਾਊਡ ਵਾਲੀ ਗੱਲ ਹੈ ਸਾਡੇ ਇਸ ਏਰੀਏ 'ਚ ਮਤਲਬ ਇਸ ਸਕੂਲ ਦੀ ਕਿਉਂਕਿ 82 ਤੋਂ ਹੈ ਨਾ ਬੱਚੇ 82 ਤੋਂ ਮੇਰੀ ਸਰ ਹੋਰ ਨਾਲ ਗੱਲ ਹੋ ਰਹੀ ਸੀ ਇਹ ਸਕੂਲ ਜਿਹੜਾ ਇਹ ਚੱਲ ਰਿਹਾ ਇੱਕ ਸੰਸਥਾ ਹੈਗੀ ਹੈ ਸੋ ਜਦੋਂ ਆਪਾਂ ਟੀਚਰਸ ਦਾ ਪਾਰਟ ਆਊਗਾ ਉਹ ਸਾਰਾ ਸਾਨੂੰ ਇਸ ਸਕੂਲ ਬਾਰੇ ਦੱਸਣਗੇ ਸੋ ਬੇਟਾ ਇਹਨਾਂ ਲਈ ਅਤੇ ਜ਼ੋਰਦਾਰ ਤਾੜੀਆਂ ਆਪਣੇ ਸਕੂਲ ਲਈ ਸੋ ਬਹੁਤ ਵਧੀਆ ਲੱਗਿਆ ਸੋ ਥੈਂਕ ਯੂ ਸੋ ਹਾਂਜੀ ਬੇਟਾ ਲਾਸਟ ਪਰਫੋਰਮੈਂਸ ਹੈ ਸੋ ਲਾਸਟ ਪਰਫੋਰਮੈਂਸ ਹੈ ਜੀ ਕੁੜੀਆਂ ਦੀ
ਤੇ ਆ ਜਾਓ ਪੁੱਤ ਆ ਜਾਓ ਆ ਜਾਓ ਸੋ ਇਸ ਤੋਂ ਬਾਅਦ ਆਪਾਂ ਟੀਚਰਸ ਨੂੰ ਬੁਲਾਵਾਂਗੇ ਇੱਥੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਸੈਟਅਪ ਕਰੋ ਪੁੱਤ ਆਪਣਾਦਮ ਚੜ ਗਿਆ ਨਾ? ਹਾਂਜੀ ਚਲੋ ਵਧੀਆ ਗੱਲ ਹੈ, ਥੋੜਾ ਸਟੈਮਿਨਾ ਬਣਾ ਕੇ ਰੱਖਿਆ ਕਰੋ, ਪਾਣੀ ਪੀਓ ਜਾ ਕੇ ਹੁਣ, ਠੀਕ ਹੈ? ਠੀਕ ਹੈ ਜੀ। ਤੇ ਤਿਆਰ ਕਿਹਨੇ ਕਰਵਾਇਆ ਸੀ ਇਹ? ਮਨਪ੍ਰੀਤ ਮੈਮ। ਵੈਰੀ ਗੁੱਡ, ਸੋ ਮਨਪ੍ਰੀਤ ਮੈਮ ਦਾ ਤੁਸੀਂ ਆਪ ਵੀ ਥੈਂਕ ਯੂ ਕਰਨਾ ਹੈਗਾ, ਠੀਕ ਹੈ? ਸੋ ਸਾਰੇ ਬੱਚੇ ਜ਼ੋਰਦਾਰ ਤਾੜੀਆਂ ਨਾਲ ਮੈਮ ਦਾ ਆਪਾਂ ਹੌਸਲਾ ਵਧਾਵਾਂਗੇ, ਕੋਲੀ ਖੜੇ ਨੇ। ਸੋ ਮੈਮ ਤੁਸੀਂ ਵੀ ਆਓ ਜੀ। ਸੋ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਬੱਚਿਆਂ ਨੂੰ ਹਨਾ ਮਤਲਬ ਸਾਡੇ ਕਲਚਰ ਨਾਲ ਤੁਸੀਂ ਜੋੜ ਕੇ ਰੱਖਦੇ ਹੋ। ਕਿੰਨਾ ਕੁ ਤੰਗ ਕੀਤਾ ਇਹਨਾਂ ਨੇ ਤੁਹਾਨੂੰ ਰਿਹਰਸਲ ਕਰਦੇ ਹੋਏ? ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ। ਇਹਨਾਂ 'ਚ ਸਪੈਸ਼ਲ ਕਿਹੜਾ? ਪਰ ਇਹਨਾਂ 'ਚ ਸਪੈਸ਼ਲ ਹੁਣ ਵੀ ਮੈਨੂੰ ਗੁੱਸਾ ਚੜ ਰਿਹਾ ਸੀ, ਇਹਨਾਂ ਸਮਾਈਲ ਨਹੀਂ ਕਰਦੀਆਂ। ਅੱਛਾ ਜੀ, ਹੱਸ ਕੇ ਖੁਸ਼ ਹੋ ਕੇ ਕਰੋ ਕਿਉਂਕਿ ਆਪਣਾ ਫੋਕ ਡਾਂਸ ਹੈ। ਹਾਂਜੀ ਹਾਂਜੀ, ਇਹਨਾਂ ਨੂੰ ਖੁਸ਼ ਹੋ ਕੇ ਕਰਨਾ ਚਾਹੀਦਾ, ਬਟ ਡਿਊ ਟੂ ਦਾ ਟਾਈਮ ਲਿਮਿਟ ਲਾਈਕ ਸਾਨੂੰ ਥੋੜਾ ਪਹਿਲਾਂ ਹੀ ਸਮ ਅਪ ਕਰਨਾ ਪਿਆ। ਲੇਕਿਨ ਗਿੱਧਾ ਬਹੁਤ ਨਹੀਂ ਨਹੀਂ ਪਰ ਬਹੁਤ ਵਧੀਆ ਸੀ ਜੀ, ਜਦੋਂ ਇਹ ਗਿੱਧਾ ਪੁੱਤ ਟੀਵੀ ਦੇ ਉੱਪਰ ਚੱਲੂਗਾ ਜੀ, ਚੱਲ ਰਿਹਾ ਜਿਸ ਦਿਨ ਹਨਾ, ਤੇ ਬਹੁਤ ਤੁਹਾਨੂੰ ਵਧੀਆ ਲੱਗਣਾ ਹੈਗਾ। ਸੋ ਉਸ ਦਿਨ ਵੀ ਮੈਮ ਦਾ ਤੁਸੀਂ ਥੈਂਕ ਯੂ ਕਰਨਾ ਹੈਨਾ। ਸੋ ਸਾਡੇ ਵੱਲੋਂ ਵੀ ਮੈਮ ਥੈਂਕ ਯੂ, ਤੁਹਾਡਾ ਬਹੁਤ ਬਹੁਤ ਬੱਚਿਆਂ ਨੂੰ ਤਿਆਰ ਕਰਾਉਣ ਲਈ। ਸੋ ਥੈਂਕ ਯੂ, ਥੈਂਕ ਯੂ, ਜ਼ੋਰਦਾਰ ਤਾੜੀਆਂ ਮੈਮ ਲਈ ਤੇ ਇਹਨਾਂ ਬੱਚਿਆਂ ਲਈ, ਥੈਂਕ ਯੂ। ਸੋ ਹਾਂਜੀ, ਬੱਚਿਆਂ ਨਾਲ ਗੱਲਾਂ ਬਾਤਾਂ ਬਹੁਤ ਹੋ ਗਈਆਂ। ਸੋ ਅੱਜ ਅਸੀਂ ਆਏ ਸੀ ਪਬਲਿਕ ਗਰਲ ਸੀਨੀਅਰ ਸੈਕੈਂਡਰੀ ਸਕੂਲ ਪਾਤਰਾਂ ਦੇ ਵਿੱਚ, ਡਿਸਟ੍ਰਿਕਟ ਪਟਿਆਲਾ। ਸੋ ਪ੍ਰਿੰਸੀਪਲ ਮੈਮ ਉਹਨਾਂ ਨਾਲ ਹੁਣ ਗੱਲਬਾਤ ਕਰਾਂਗੇ, ਫਿਰ ਟੀਚਰਸ ਨਾਲ ਇੱਕ ਦੋ ਨਾਲ ਗੱਲਬਾਤ ਕਰਾਂਗੇ। ਸੋ ਜ਼ੋਰਦਾਰ ਤਾੜੀਆਂ ਬੇਟਾ ਪ੍ਰਿੰਸੀਪਲ ਮੈਮ ਹੋਰਾਂ ਲਈ। ਸੋ ਮੈਮ ਪਲੀਜ਼ ਆਓ ਜੀ।
ਸੋ ਸਕੂਲ ਬਾਰੇ ਤੁਸੀਂ ਦੋ ਸ਼ਬਦ, ਸਾਨੂੰ ਬਹੁਤ ਵਧੀਆ ਲੱਗੇ ਤੁਹਾਡੇ ਸਕੂਲ ਜਾ ਕੇ, ਬੱਚੇ ਬਹੁਤ ਪਿਆਰੇ ਸੀ. ਸੋ ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ. ਸੇਮ ਟੂ ਯੂ. ਬਿਪਿਨ ਜੋਸ਼ੀ ਜੀ, ਤੁਹਾਡਾ ਅਸੀਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਸਾਡੇ ਸਕੂਲ ਵਿੱਚ ਆ ਕੇ ਤੇ ਪ੍ਰੋਗਰਾਮ ਰਿਕਾਰਡ ਕੀਤਾ. ਥੈਂਕ ਯੂ ਮੈਮ. ਬੜੀ ਦੇਰ ਤੋਂ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਅਸੀਂ. ਥੈਂਕ ਯੂ ਮੈਮ. ਥੈਂਕ ਯੂ. ਤੇ ਫਾਈਨਲੀ ਹੈਰੀ ਜੀ ਨੇ ਸਾਡਾ ਕਰਵਾ ਕੇ ਦਿੱਤਾ ਪ੍ਰੋਗਰਾਮ. ਜੀ ਜੀ. ਥੈਂਕ ਯੂ ਹੈ ਹੈਰੀ ਜੀ ਦੇ ਲਈ ਵੀ. A very big thank you. Thank you ma'am, thank you, thank you. So ma'am, ਇਹ ਜਿਹੜਾ ਸਾਡਾ ਸਕੂਲ ਹੈ ਜੀ, ਸਰਦਾਰ ਹਰਪਾਲ ਸਿੰਘ ਘੱਗਾ, ਉਹਨਾਂ ਨੇ ਇਹ ਬਣਵਾਇਆ ਸੀ ਜੀ 1982 ਦੇ ਵਿੱਚ, ਇਲਾਕੇ ਦੇ ਸਹਿਯੋਗ ਦੇ ਨਾਲ. ਇੱਕ ਛੱਪੜ ਹੁੰਦਾ ਸੀ ਜਿਹਨੂੰ ਕਿ ਭਰ ਕੇ ਟਰੱਕ ਯੂਨੀਅਨ ਦੇ ਸਹਿਯੋਗ ਦੇ ਨਾਲ, ਫਿਰ ਇੱਥੇ ਇੱਕ ਕਮਰੇ ਤੋਂ ਸ਼ੁਰੂ ਕਰਕੇ ਅੱਜ ਇੱਕ 80 ਰੂਮਸ ਤੋਂ ਵੀ ਵੱਧ ਸਾਡੇ ਕੋਲ ਕਮਰੇ ਨੇ, ਔਰ ਨਰਸਰੀ ਤੋਂ ਲੈ ਕੇ BA ਤੱਕ ਦੀਆਂ ਕਲਾਸਿਸ ਨੇ ਸਾਡੇ ਕੋਲ. ਬਹੁਤ. ਔਰ ਉਹਨਾਂ ਦਾ ਇੱਕੋ ਹੀ ਸੁਪਨਾ ਸੀ ਕਿ ਮੈਂ ਗਰਲ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ, ਕਿਉਂਕਿ ਉਸ ਜ਼ਮਾਨੇ ਵਿੱਚ ਲੜਕੀਆਂ ਪਿੰਡਾਂ ਦੀਆਂ ਨੂੰ ਪੜ੍ਹਾਉਂਦੇ ਹੀ ਨਹੀਂ ਸੀਗੇ. ਤਾਂ ਉਹਨਾਂ ਨੇ ਹਰ ਪਿੰਡ ਤੱਕ ਬੱਸ ਪਹੁੰਚਾਈ, ਕੁੜੀਆਂ ਨੂੰ ਲੈ ਕੇ ਆਉਂਦੇ ਸੀ, ਮਾਂ ਪਿਓ ਨੂੰ ਉਹਨਾਂ ਦੇ ਪਰਸੂਏਟ ਕਰਦੇ ਸੀ ਕਿ ਤੁਸੀਂ ਆਪਣੀਆਂ ਲੜਕੀਆਂ ਨੂੰ ਪੜ੍ਹਾਓ ਜੀ. ਅਤੇ ਅੱਜ ਵੀ ਅਸੀਂ ਉਹਨਾਂ ਦਾ ਉਹੀ ਉਪਰਾਲਾ ਜਿਹੜਾ ਹੈ ਉਹਨੂੰ ਅੱਗੇ ਕੀਮਤ ਸਰ ਨੇ ਸਿੰਗਲਾ ਮੋਟਰਸ, ਸੋਰੀ ਸ਼ਿਵ ਮੋਟਰਸ, ਸ਼ਿਵ ਮੋਟਰਸ ਉਹ ਚਲਾ ਰਹੇ ਨੇ ਜੀ. ਬਹੁਤ ਵਧੀਆ ਕਰ ਰਹੇ ਨੇ, ਔਰ ਬਹੁਤ ਹੀ ਸ਼ੁਕਰਗੁਜ਼ਾਰ ਹੈ ਸਰ, ਹਮੇਸ਼ਾ ਸਾਡੀ ਰਹਿਨੁਮਾਈ ਕਰਦੇ ਨੇ, ਟਾਈਮ ਕੱਢਦੇ ਨੇ ਆਪਣੇ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਵੀ ਸਾਡੇ ਲਈ ਬਹੁਤ ਟਾਈਮ ਕੱਢਦੇ ਨੇ. ਬੇਟਾ ਸਰ ਹੋਰਾਂ ਲਈ, ਸਰ ਹੋਰਾਂ ਲਈ, ਸਰ ਹੋਰਾਂ ਲਈ ਇੱਕ ਵਾਰੀ ਜ਼ੋਰਦਾਰ ਵੈਰੀ ਥੈਂਕਫੁਲ ਟੂ ਤਾਲੀਆਂ ਕੀਮਤ ਸਿੰਗਲਾ ਸਰ ਜੀ. ਜੀ ਥੈਂਕ ਯੂ ਮੈਮ, ਥੈਂਕ ਯੂ, ਥੈਂਕ ਯੂ, ਥੈਂਕ ਯੂ ਮੈਮ, ਥੈਂਕ ਯੂ. ਸੋ ਸਰ ਹੋਰੀ ਪਲੀਜ਼ ਦੋ ਸ਼ਬਦ ਤੁਸੀਂ ਵੀ ਸਰ ਬੱਚਿਆਂ ਬਾਰੇ ਅਤੇ ਆਪਣੇ ਪ੍ਰੋਗਰਾਮ ਬਾਰੇ ਸਰ ਦੋ ਸ਼ਬਦ ਪਲੀਜ਼, ਸਾਨੂੰ ਚੰਗਾ ਲੱਗੂ ਸਰ, ਜ਼ੋਰਦਾਰ ਤਾੜੀਆਂ. ਹੈਲੋ ਜੀ. ਬੜਾ ਅੱਛਾ ਲੱਗਿਆ MH1 ਦੇ ਸਾਡੇ ਕੋਲ ਬਿਪਨ ਸ਼ਰਮਾ ਜੀ ਉਰੇ ਆਏ ਨੇ, ਉਹਨਾਂ ਦਾ ਅਸੀਂ ਵੈਲਕਮ ਕਰਦੇ ਹਾਂ, ਅਤੇ ਪ੍ਰਿੰਸੀਪਲ ਮੈਡਮ ਦੀ ਰਹਿਨੁਮਾਈ, ਸਕੂਲ ਬਹੁਤ ਅੱਛਾ ਚੱਲ ਰਿਹਾ ਜੀ. ਬਾਕੀ ਇਹਨਾਂ ਨੇ ਪ੍ਰਿੰਸੀਪਲ ਮੈਡਮ ਨੇ ਸਾਰਾ ਕੁਝ ਸਕੂਲ ਬਾਰੇ ਦੱਸਤਾ, ਉਮੀਦ ਕਰਦਾ ਵੀ ਸਕੂਲ ਇੱਦੋਂ ਵੀ ਅੱਛਾ ਚੱਲੂਗਾ ਜੀ. ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਬਹੁਤ ਚੰਗਾ ਲੱਗਿਆ ਸਾਨੂੰ ਵੀ ਇੱਥੇ ਆ ਕੇ. ਸੋ ਬਹੁਤ ਵੱਡੀ ਗੱਲ ਹੈ ਜੀ, 82 ਤੋਂ ਇਹ ਸਕੂਲ ਚੱਲਿਆ ਹੋਇਆ ਸੀ, ਇੱਕ ਟਰੱਸਟ ਦੇ ਜ਼ਰੀਏ ਇਹ ਸਕੂਲ ਜਿਹੜਾ ਇੱਥੇ ਦੇ ਬੱਚੇ ਨੇ ਜਿਹੜੇ ਉਹ ਬਹੁਤ ਅੱਗੇ ਅਚੀਵਮੈਂਟਸ ਜਾ ਰਹੇ ਨੇ, ਕਰ ਰਹੇ ਨੇਗੇ. ਸੋ ਹਾਂਜੀ, ਇਸ ਤੋਂ ਬਾਅਦ ਪਲੀਜ਼ ਸਰ ਆ ਜਾਓ ਜੀ, ਤੁਸੀਂ ਜ਼ੋਰਦਾਰ ਤਾਰੇ ਸਰ ਹੋਰਾਂ ਲਈ. ਹਾਂਜੀ ਸਰ ਪਲੀਜ਼. ਬਹੁਤ ਹੀ ਅੱਜ ਸਾਡੇ ਲਈ ਇਹ ਚੰਗਾ ਦਿਨ ਹੈ, ਪਹਿਲੀ ਵਾਰ MH1 ਚੈਨਲ ਸ਼ੂਟ ਕਰ ਰਿਹਾ ਸਾਡੇ ਸਕੂਲ ਦੇ ਵਿੱਚ ਪ੍ਰੋਗਰਾਮ ਇਹ. ਮੈਂ ਰਣਜੀਤ ਸਿੰਘ, ਐਜ਼ ਏ ਲੈਕਚਰਾਰ BA ਕਲਾਸਿਸ ਪੰਜਾਬੀ ਦਾ. ਸੋ ਸਕੂਲ ਦੇ ਵਿੱਚ ਬਹੁਤ ਟੈਲੈਂਟ ਦਾ ਬੱਚੇ ਨੇ, ਪਰ ਇਹ ਹੈ ਕਿ ਸਾਡੇ ਬੱਚੇ ਹਾਲੇ ਵੀ ਇਦੋਂ ਜ਼ਿਆਦਾ ਅੱਛਾ ਕਰ ਸਕਦੇ ਨੇ, ਕਿਉਂਕਿ ਬੱਚਿਆਂ ਨੂੰ ਪ੍ਰੋਪਰ ਪਲੇਟਫਾਰਮ ਜੇ ਮੁਹੱਈਆ ਹੋਵੇ ਤਾਂ ਉਹ ਬਿਲਕੁਲ ਬੱਚੇ ਬਹੁਤ ਵੱਡੇ, ਕਿਉਂਕਿ ਸਾਡੇ ਸਕੂਲ ਦੇ ਵਿੱਚੋਂ ਹੀ ਮੈਂ ਤੁਹਾਨੂੰ ਇੱਕ ਹੋਰ ਦੱਸਦਿਆਂ, ਲੜਕੀ ਜਿਹੜੀ ਹੈ ਉਹ ਗਾਇਕ ਬਣੀ ਹੋਈ ਹੈ, ਕੌਰ ਵੀ ਉਹ ਇੱਥੇ ਹੀ ਪੜ੍ਹ ਕੇ ਗਈ ਹੈ, ਅਤੇ ਇੱਕ ਜੱਜ ਲੜਕੀ ਵੀ ਸਾਡੇ ਸਕੂਲ ਤੋਂ ਬਣੀ ਹੈ. ਬਹੁਤ ਟੈਲੈਂਟਦਾਰ ਬੱਚੇ ਨੇ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਇਹਨਾਂ ਬੱਚਿਆਂ ਨੂੰ ਕਿ ਪਲੇਟਫਾਰਮ ਮੁਹੱਈਆ ਕਰਵਾਈ ਜੀ. ਥੈਂਕ ਯੂ ਸਰ, ਥੈਂਕ ਯੂ, ਜ਼ੋਰਦਾਰ ਤਾੜੀਆਂ ਸਰ ਹੋਰਾਂ ਲਈ. ਸਭ ਤੋਂ ਔਖੀ ਜੋਬ ਹੁੰਦੀ ਹੈ ਸਾਡੇ ਜਿਹੜੇ ਸਕੂਲ ਵੈਨ ਦੇ ਡਰਾਈਵਰਸ ਨੇ, ਕਨੈਕਟਰ ਨੇ. ਸੋ ਇੱਕ ਵਾਰੀ ਜ਼ੋਰਦਾਰ ਹੂਟਿੰਗ ਐਂਡ ਕਲੈਪਿੰਗ ਇਹਨਾਂ ਸਾਰਿਆਂ ਲਈ. ਸੋ ਹਾਂਜੀ ਸਰ ਪਲੀਜ਼ ਤੁਸੀਂ ਆਓ ਜੀ, ਸਰ ਆਈਏ ਆਈਏ, ਪਲੀਜ਼ ਆਈਏ ਆਈਏ. ਸਭ ਤੋਂ ਪਹਿਲਾਂ ਤਾਂ ਮੈਂ MH1 TV ਅਤੇ ਐਂਕਰ ਸ਼੍ਰੀ ਬਿਪਨ ਜੋਸ਼ੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਸਕੂਲ ਵਿੱਚ ਅੱਧੀ ਛੁੱਟੀ ਸਾਰੀ ਪ੍ਰੋਗਰਾਮ ਲਾਂਚ ਕੀਤਾ ਹੈ. ਇਸ ਦੇ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ. ਬਸ ਦੋ ਸ਼ਬਦ ਸਾਡੇ ਸਕੂਲ ਬਾਰੇ. ਇਹ ਘੱਗਾ ਸਾਹਿਬ ਨੇ ਜੋ ਬਹੁਤ ਹੀ ਸੋਸ਼ਲ ਵਰਕਰ ਸਨ, ਸਰਦਾਰ ਹਰਪਾਲ ਸਿੰਘ ਘੱਗਾ ਜੀ, ਉਹਨਾਂ ਦੀ ਰਹਿਨੁਮਾਈ 'ਚ ਇਹ ਸਕੂਲ ਸ਼ੁਰੂ ਕੀਤਾ ਗਿਆ ਸੀਗਾ, ਅਤੇ ਜੋ ਅਸੀਂ ਤਾਂ ਅੱਜ ਉਹ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲੱਗੇ ਹੋਏ ਹਾਂ. ਜਿੱਥੇ ਵੀ ਉਹ ਹੈਗੇ ਨੇ ਉਹ ਖੁਸ਼ ਹੋਣਗੇ ਕਿ ਸਾਡਾ ਸਕੂਲ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ. ਇਹ ਸਕੂਲ ਅਸੀਂ ਨੋ ਲੋਸ ਨੋ ਪ੍ਰੋਫਿਟ 'ਤੇ ਚਲਾਉਂਦੇ ਹਾਂ, ਅਤੇ ਬਹੁਤ ਸਾਰੇ ਬੱਚਿਆਂ ਦੀਆਂ, ਗਰੀਬ ਬੱਚਿਆਂ ਦੀਆਂ, ਬੱਚਿਆਂ ਦੀਆਂ ਫੀਸਾਂ ਵੀ ਮਾਫ਼ ਕਰਦੇ ਹਾਂ. ਅਸੀਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੰਦੇ ਹਾਂ. ਇੰਨਾ ਹੀ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ. ਸੋ ਹੁਣ ਗਾਣਾ ਚੱਲੂਗਾ ਅੱਧੀ ਛੁੱਟੀ ਸਾਰੀ, ਜਿਹੜਾ ਆਪਣਾ ਮਿਊਜ਼ਿਕ ਹੈ ਗਾਣਾ ਉਹ ਚੱਲੂਗਾ. ਸੋ ਸਾਰੇ ਬੱਚੇ, ਸਾਰੇ ਸਟਾਫ, ਆਪਾਂ ਸਾਰੇ ਇੰਜੋਏ ਕਰਾਂਗੇ.
ਸੋ ਜ਼ੋਰਦਾਰ ਤਾੜੀਆਂ ਨਾਲ ਲਾ ਦਿਓ ਜੀ ਸਾਡਾ ਗਾਣਾ। ਸੋ ਸਾਰੇ ਬੱਚੇ ਆ ਜਾਓ।